ਪਹਿਲਾਂ ਅਸੀਂ ਇੱਦਾਂ ਦੀ ਪੈਪਸੀ ਪੀਂਦੇ ਹੁੰਦੇ ਹਾਂ, ਫਿਰ ਆ ਗਈ ਡਾਇਟ ਪੈਪਸੀ, ਫਿਰ ਆ ਗਈ ਡਾਇਟ ਕੋਕ। ਤਾਂ ਆਪਾਂ ਕੋਈ ਵੀ ਚੀਜ਼ ਖਾਣੀ ਹੋਵੇ ਨਾ, ਅਸੀਂ ਡਾਇਟ ਕੋਕ ਨਾਲ ਫੜ ਲੈਂਦੇ ਹਾਂ, ਸਾਡੇ ਦਿਮਾਗ 'ਚ ਇਹ ਚੀਜ਼ ਹੋ ਗਈ ਆ ਕਿ ਉਹ ਤਾਂ ਲੱਗਣੀ ਨਹੀਂ। ਇੱਕ ਇਹ ਆ ਅਤੇ ਇੱਕ ਸਟੀਵੀਆ ਵਾ, ਲੋਕਾਂ ਨੂੰ ਕਹਿ ਦਿੱਤਾ ਗਿਆ ਆ ਆ ਅਨਹੈਲਦੀ ਹੈ, ਠੀਕ ਹੈ, ਬਿਕੋਜ਼ ਜਿਹੜੇ ਇਹਦੇ ਉੱਤੇ ਲੱਗੇ ਉਹਨਾਂ ਇਹਦੇ ਉੱਤੇ ਰਹਿਣਾ। ਅਤੇ ਇਹੋ ਹੀ ਕੰਪਨੀਆਂ ਇਹਦਾ ਹੀ ਹੈਲਦੀ ਵਰਜਨ ਬਣਾਉਣ ਡਈਆਂ ਨੇ। ਕਿਉਂ? ਜੇ ਇਹਨਾਂ ਨੂੰ ਪਤਾ ਆ ਦਿਸ ਇਜ਼ ਅਨਹੈਲਦੀ, ਹੈ ਨਾ, ਦਿਸ ਇਜ਼ ਨੋਟ ਗੁੱਡ ਫੋਰ ਯੋਰ ਹੈਲਥ, ਠੀਕ ਹੈ, ਇਹਨੂੰ ਡਿਸਕੰਟੀਨਿਊ ਕਰੋ, ਕਿਉਂ ਨਹੀਂ ਕਰਦੇ? ਪ੍ਰੈਗਨੈਂਸੀ ਵਾਲੀਆਂ ਜਿਹੜੀਆਂ ਜਨਾਨੀਆਂ ਜਾਂ ਜਿਹੜੀਆਂ ਦੁੱਧ ਪਿਆਉਂਦੀਆਂ ਬੱਚਿਆਂ ਨੂੰ, ਉਹਨਾਂ ਦੇ ਵਿੱਚ ਨਹੀਂ ਇਹ ਦੇਣਾ। ਓਕੇ, ਪਹਿਲਾਂ ਤਾਂ ਕਫ ਸਿਰਪ ਹੁੰਦਾ ਸੀ। ਅੱਛਾ, ਉਹ ਡਾਇਟ ਉੱਤੇ ਹੁੰਦੇ ਆ, ਪੀਜ਼ਾ ਲੈਣਗੇ ਨਾਲ, ਬਰਗਰ ਲੈਣਗੇ ਨਾਲ, ਫਰਾਈਆਂ ਲੈਣਗੇ, ਜੋ ਕਹਿੰਦੇ ਨੇ ਡਰਿੰਕ ਕਿਹੜੀ ਲੈਣੀ, ਅ ਲਾਰਜ ਡਾਇਟ ਕੋਕ ਪਲੀਜ਼। ਸਭ ਤੋਂ ਪਹਿਲਾਂ ਤਾਂ ਸ਼ੇਰੋ, ਮੈਂ ਨਾ ਹੁਣੇ ਇੱਕ ਸਟੋਰੀ 'ਚ ਪਾ ਕੇ ਹਟਿਆ ਹਾਂ, ਉਹਦੇ ਵਿੱਚ ਮੈਂ ਲਿਖਿਆ ਕਿ ਔਲਾਦ ਲਗਜ਼ਰੀ ਕਾਰ 'ਤੇ ਅਤੇ ਮਾਪੇ ਗੋ ਫੰਡਮੀ 'ਤੇ, ਕਾਰਾਂ ਦੀ ਫੁੱਲ ਅਤੇ ਮਾਪਿਆਂ ਦੀ ਇੰਸ਼ੋਰੈਂਸ ਹੀ ਹੈ ਨਹੀਂ। ਹੁਣ ਸ਼ੇਰੋ, ਮੈਂ ਉਹਨਾਂ ਲੋਕਾਂ ਵਾਸਤੇ ਲਿਖਿਆ ਹੈ ਜਿਹੜੇ ਲੋਕ ਪੋਸਟਾਂ ਪਾਉਣ ਨੂੰ ਕਹਿੰਦੇ ਆ ਕਿ ਸਾਡੀ ਸ਼ੇਅਰ ਕਰ ਦਿਉ ਪੋਸਟ, ਸਾਡੇ ਮਾਂ ਬਾਪ ਇੱਥੇ ਆਏ ਸਨ, ਉਹਨਾਂ ਦਾ ਐਕਸੀਡੈਂਟ ਹੋ ਗਿਆ, ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਸੀ, ਉਹਨਾਂ ਦੀ ਇੱਥੇ ਆਣ ਕੇ ਡੈਥ ਹੋ ਗਈ, ਅਤੇ ਹੁਣ ਡੈਡ ਬੋਡੀ ਅਸੀਂ ਪਹੁੰਚਾਉਣੀ ਆ, ਸਾਡੇ ਕੋਲ ਇਲਾਜ ਵਾਸਤੇ ਪੈਸੇ ਹੈ ਨਹੀਂ ਸਨ, ਤਾਂ ਉਹਨਾਂ ਦੀ ਡੈਥ ਹੋ ਗਈ। ਸੋ ਸ਼ੇਰੋ, ਸਭ ਤੋਂ ਪਹਿਲਾਂ ਟੋਪਿਕ ਛੱਡੋ, ਵੀਡੀਓ ਦਾ ਪਹਿਲਾਂ ਸਾਈਡ ਉੱਤੇ, ਮਾਪਿਆਂ ਨਾਲੋਂ ਜ਼ਰੂਰੀ ਜ਼ਿੰਦਗੀ 'ਚ ਕੁਝ ਨਹੀਂ, ਠੀਕ ਆ, ਉਹਨਾਂ ਉੱਤੇ ਥੋੜ੍ਹੇ ਜਿਹੇ ਪੈਸੇ ਲਾ ਲਓ, ਤੁਹਾਡੀਆਂ ਕਿਸ਼ਤਾਂ ਵਾਲੀਆਂ ਗੱਡੀਆਂ ਨਾਲੋਂ, ਬਾਕੀ ਚੀਜ਼ਾਂ ਨਾਲੋਂ, ਸਾਰੀਆਂ ਨਾਲੋਂ ਉੱਤੇ ਨੇ ਮਾਪੇ। ਜੇ ਦੋਵਾਂ ਦੇ ਵਿੱਚੋਂ ਇੱਕ ਵੀ ਗਵਾਚ ਗਿਆ ਨਾ, ਮਾਂ ਅਤੇ ਪਿਓ ਦੇ ਵਿੱਚੋਂ, ਠੀਕ ਆ, ਹੌਕਿਆਂ ਨੇ ਸ਼ੇਰੋ ਸਾਹ ਨਹੀਂ ਜੇ ਆਉਣ ਦੇਣਾ, ਠੀਕ ਆ। ਸੋ ਆਲਵੇਜ਼ ਇਨਵੈਸਟ ਇਨ ਯੋਰ ਹੈਲਥ ਐਂਡ ਯੋਰ ਲਵਡ ਵਨਸ ਹੈਲਥ, ਠੀਕ ਹੈ, ਬਿਕੋਜ਼ ਇਹ ਵਾਲੇ ਕੇਸ ਬਹੁਤ ਜ਼ਿਆਦਾ ਆ ਰਹੇ ਸੀ, ਤਾਂ ਕਰਕੇ ਮੈਂ ਇਹ ਵਾਲੀ ਗੱਲ ਪਹਿਲਾਂ ਚੁੱਕੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਦਾ ਟੋਪਿਕ ਆ ਜੀ ਬੜਾ ਇੰਟਰਸਟਿੰਗ, ਪੈਪਸੀ ਪੁਪਸੀ ਡਾਇਟ ਕੋਕ ਅਸੀਂ ਪੀ ਪੀ ਕੇ ਮੁਕਾਤੀ, ਟੂ ਬੀ ਵੈਰੀ ਓਨੈਸਟ, ਠੀਕ ਹੈ। ਪਹਿਲਾਂ ਅਸੀਂ ਇੱਦਾਂ ਦੀ ਪੈਪਸੀ ਪੀਂਦੇ ਹੁੰਦੇ ਹਾਂ, ਫਿਰ ਆ ਗਈ ਡਾਇਟ ਪੈਪਸੀ, ਫਿਰ ਆ ਗਈ ਡਾਇਟ ਕੋਕ, ਠੀਕ ਹੈ, ਇੱਦਾਂ ਦੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਮਾਰਕੀਟ ਦੇ ਵਿੱਚ। ਮੈਂ ਨਾ ਆਹ ਵਾਲੀ ਜਿਹੜੀ ਚੀਜ਼ ਹੈ ਨਾ, ਜਦੋਂ ਮੈਂ ਇੰਡੀਆ ਹੁੰਦਾ ਹਾਂ ਜਾਂ ਇੱਥੇ ਵੀ ਹੁੰਦਾ ਹਾਂ, ਅਤੇ ਮੈਂ ਆਹ ਚੀਜ਼ ਕਦੀ ਕਦਾਈ ਹੀ ਪੀਂਦਾ ਹੁੰਦਾ, ਠੀਕ ਹੈ, ਮੈਨੂੰ ਹੁੰਦਾ ਸੀ ਯਾਰ ਕੀ ਨਾਲ ਕੈਲਰੀਜ਼ ਲੈਣੀਆਂ, ਕੀ ਨਾਲ ਮਿੱਠਾ ਪੀਣਾ। ਜਦੋਂ ਦੀ ਡਾਇਟ ਕੋਕ ਇੰਟਰੋਡਿਊਸ ਹੋਈ ਆ ਨਾ, ਇਹ ਗੱਲ ਤੁਸੀਂ ਵੀ ਆਪਣੇ ਨਾਲ ਲਿੰਕ ਕਰ ਸਕਦੇ ਜੇ ਕਿ ਆਪਾਂ ਫੁੱਲੇ ਖਾਣੇ ਤਾਂ ਨਾਲ ਅਸੀਂ ਡਾਇਟ ਕੋਕ ਪੜ੍ਹ ਲੈਂਦੇ, ਆਪਾਂ ਪੀਜ਼ਾ ਖਾਣਾ ਨਾਲ ਅਸੀਂ ਡਾਇਟ ਕੋਕ ਪੜ੍ਹ ਲੈਂਦੇ ਹਾਂ, ਠੀਕ ਆ, ਆਪਾਂ ਕੋਈ ਵੀ ਚੀਜ਼ ਖਾਣੀ ਹੋਵੇ ਨਾ, ਅਸੀਂ ਡਾਇਟ ਕੋਕ ਨਾਲ ਫੜ ਲੈਂਦੇ ਹਾਂ, ਸਾਡੇ ਦਿਮਾਗ 'ਚ ਇਹ ਚੀਜ਼ ਹੋ ਗਈ ਆ ਕਿ ਉਹ ਤਾਂ ਲੱਗਣੀ ਨਹੀਂ, ਉਹ ਤਾਂ ਹੈਲਦੀ ਆ, ਉਹ ਤਾਂ ਵਧੀਆ ਆ। ਇੰਡੀਆ ਦੇ ਵਿੱਚ ਜਦੋਂ ਵੀ ਕਿਸੇ ਨੂੰ ਕਹੇਗਾ ਨਾ ਕਿ ਇਹਦਾ ਅਲਟਰਨੇਟਿਵ ਆ ਜੇ, ਉਸ ਚੀਜ਼ ਨੂੰ ਹੈਲਦੀ ਸਮਝ ਲੈਂਦੇ ਆ। ਆਹ ਵਾਲੀਆਂ ਜਿੱਥੇ ਅਸੀਂ 4 ਪੀਂਦੇ ਸਾਂ, ਉਹ ਵਾਲੀਆਂ ਹੁਣ ਅਸੀਂ 8 ਪੀਂਦੇ ਹਾਂ, ਠੀਕ ਹੈ। ਇਹ ਹਰ ਬੰਦਾ ਆਪਣੀ ਲਾਈਫ ਦੇ ਵਿੱਚ ਰਿਲੇਟ ਕਰਕੇ ਦੇਖ ਲਏ, ਜਿਹੜਾ ਬੰਦਾ ਵੀ ਡਾਇਟ ਉੱਤੇ ਵੀ ਹੁੰਦਾ ਨਾ, ਉਹ ਪੀਜ਼ਾ ਲਊਗਾ ਨਾਲ ਡਾਇਟ ਕੋਕ ਲਊਗਾ, ਠੀਕ ਹੈ। ਹੁਣ ਆਹ ਜਿਹੜੀ ਆ, ਇਹਦੇ ਵਾਲਾ ਸਵਾਦ ਨਹੀਂ ਮਿਲਦਾ ਡਾਇਟ ਕੋਕ ਦੇ ਵਿੱਚੋਂ, ਡਾਇਟ ਕੋਕ ਦਾ ਸਵਾਦ ਭੱਦਾ ਜਿਹਾ ਹੁੰਦਾ, ਰਾਈਟ। ਸੋ ਕਈ ਬੰਦੇ ਆਉਂਦੇ ਕਿ ਵੀਡੀਓ ਛੋਟੀ ਬਣਾਇਆ ਕਰੋ, ਸੋ ਜਿਹੜੇ ਛੋਟੀ ਵੀਡੀਓ ਵਾਲੇ ਬੈਠੇ ਨੇ, ਅਸੀਂ ਉਹਨਾਂ ਨੂੰ ਇੱਕ ਲਾਈਨ ਦੇ ਵਿੱਚ ਆਨਸਰ ਦੇ ਦਿੰਦੇ ਹਾਂ, ਨਹੀਂ ਪੀਣੀ ਚਾਹੀਦੀ, ਜਾਓ ਹੁਣ ਤੁਸੀਂ ਸਬਸਕ੍ਰਾਈਬ ਕਰਕੇ, ਠੀਕ ਹੈ। ਹੁਣ ਜਿਹੜੇ ਸਮਝਦਾਰ ਨੇ ਬਾਕੀ ਉਹ ਬੈਠੇ ਰਹਿਣ, ਫਿਰ ਆਪਣੇ ਸੱਜੇ ਪਾਸੇ ਅੱਜ ਆਪਣੇ ਡਾਕਟਰ ਸਾਹਿਬ ਬੈਠੇ ਨੇ, ਠੀਕ ਹੈ, ਇਹਨਾਂ ਨੇ ਫੂਡ ਫਾਰਡ ਦੇ ਵਿੱਚ ਵੀ ਪੜ੍ਹਾਈ ਕੀਤੀ ਆ। ਮੈਂ ਕਹਿੰਦਾ ਡਾਕਟਰ ਸਾਹਿਬ ਕਾਹਦੇ ਆ, ਜੌਨੀ ਸਿੰਨੀ ਨੇ, ਠੀਕ ਆ, ਕਦੀ ਇਹ ਪਲੰਬਰ ਬਣ ਜਾਂਦੇ, ਠੀਕ ਆ, ਕਦੀ ਇਹ ਕੁਝ ਬਣ ਜਾਂਦਾ, ਮਤਲਬ ਕਿ ਆਲ ਇਨ ਵਨ ਬੰਦਾ ਬੈਠਾ ਆ। ਕਿਉਂ ਪਾਉਂਦੇ ਆ ਨਾਲ? ਤਾਂ ਜੋ ਰਿਸਰਚ ਦੇ ਵੇਰਵੇ ਦੇ ਨਾਲ ਤੁਹਾਡੇ ਤੱਕ ਹਰ ਇੱਕ ਚੀਜ਼ ਪਹੁੰਚ ਸਕੇ। ਐਂਡ ਅੱਜ ਅਸੀਂ ਡਿਸਕਸ ਕਰਾਂਗੇ ਜੀ, ਇਹਨੂੰ ਅਸੀਂ ਕਿਉਂ ਪਿੱਛੇ ਰੱਖਤਾ, ਡਾਇਟ ਕੋਕ ਅਸੀਂ ਕਿਉਂ ਉੱਤੇ ਲਿਆਂਦੀ, ਅਤੇ ਜਿਵੇਂ ਕਿ ਡਾਕਟਰ ਸਾਹਿਬ ਤੁਸੀਂ ਕਹਿੰਦੇ ਜੇ ਇਹ ਚੀਜ਼ ਨਹੀਂ ਪੀਣੀ ਚਾਹੀਦੀ, ਜਿਵੇਂ ਕਿ ਰੋਨਾਲਡੋ ਕਹਿੰਦਾ ਆ ਡਰਿੰਕ ਵਾਟਰ, ਕੋਕ ਸ਼ੋਕ ਨਾ ਪੀਓ, ਠੀਕ ਆ, ਤਾਂ ਕਾਹਤੋਂ ਕਹਿੰਦੇ ਜੇ ਤੁਸੀਂ? ਤੁਹਾਨੂੰ ਕੀ ਬਿਮਾਰੀ ਆ? ਲੋਕ ਹੈਲਦੀ ਹੋਣਡੇ ਖਾ ਖਾ ਕੇ, ਹੈਂ, ਤਾਂ ਤੁਹਾਨੂੰ ਮੌਤ ਪੈਂਦੀ ਜੇ ਕੋਈ ਹੈਲਦੀ ਹੋ ਜੂਗਾ ਉਹ ਖਾ ਕੇ? ਕੀ ਪ੍ਰੋਬਲਮ ਕੀ ਆ ਤੁਹਾਨੂੰ ਡਾਇਟ ਕੋਕ ਤੋਂ? ਡਾਇਟ ਕੋਕ ਤੋਂ, ਡਾਇਟ ਕੋਕ ਤੋਂ ਉਹਦੇ 'ਚ ਹੁੰਦੀ ਆ ਅਸਪਾਰਟਮ, ਅਸਪਾਰਟਮ, ਪਿੱਛੇ ਲਿਖਿਆ ਹੁੰਦਾ ਉਹਦੇ ਕਿਤੇ? ਉਹ ਪਹਿਲਾਂ ਯੂਜ ਕਰਦੇ ਹੁੰਦੇ ਸੀ ਉਹਦੇ ਵਾਸਤੇ ਜਿਨ੍ਹਾਂ ਦੇ ਅਲਸਰ ਹੁੰਦੇ ਸੀ ਨਾ ਢਿੱਡ 'ਚ, ਉਹਨਾਂ ਲਈ ਯੂਜ ਕੀਤਾ ਜਾਂਦਾ ਹੁੰਦਾ ਸੀ। ਤੇ ਕੋਈ 1974 ਦੇ ਲਾਗੇ ਚਾਗੇ ਇਹਨੂੰ ਸਵੀਟਨਰ ਘੋਸ਼ਿਤ ਕਰ ਦਿੱਤਾ ਗਿਆ, ਯੂਜ ਕਰਨਾ ਸ਼ੁਰੂ ਕਰ ਦਿੱਤਾ 74 ਦੇ ਲਾਗੇ। ਤੇ ਹੋਰ ਵੀ ਨੇ ਇਹਦੇ ਵਰਗੇ, ਜਿੱਦਾਂ ਸਟੀਵੀਆ ਹੋ ਗਿਆ, ਸੁਕਰਾਲੇਜ਼ ਹੋ ਗਿਆ, ਹੈ ਨਾ, ਸੈਕਰੀਨ ਹੋ ਗਿਆ, ਇਹ ਹੈਗੇ ਨੇ, ਪਰ ਇਹਨਾਂ ਦੇ ਸਾਰਿਆਂ ਦੇ ਕੋਈ ਨਾ ਕੋਈ ਸਾਈਡ ਇਫੈਕਟ ਜਿਹੜਾ ਸੀ ਉਹ ਹੈਗਾ, ਹੈ ਨਾ। ਇਹਨਾਂ ਵਿੱਚੋਂ ਕਈ ਜਿਹੜੇ ਉਹ ਡਿਸਕੰਟੀਨਿਊ ਵੀ ਕੀਤੇ, ਠੀਕ ਹੈ, ਫਿਰ
ਦੁਬਾਰਾ ਯੂਜ਼ ਕਰਨੇ ਵੀ ਸ਼ੁਰੂ ਕਰ ਦਿੱਤੇ ਹੈ ਨਾ, ਕਿਉਂਕਿ ਪਤਾ ਹੀ ਆ ਹੁਣ ਜਿਹੜੀਆਂ ਕੰਪਨੀਆਂ ਵਾ ਇਹ ਵੱਡੀਆਂ ਕੰਪਨੀਆਂ ਨੇ ਜਿੱਦਾਂ ਪੈਪਸੀ ਵਰਗੀਆਂ, ਇਹ ਆਪਣੀਆਂ ਰਿਸਰਚਾਂ ਕਰ ਲੈਂਦੀਆਂ, ਉਹ 'ਚ ਪ੍ਰੂਵ ਕਰ ਲੈਂਦੀਆਂ ਵੀ ਅਸੀਂ ਸਹੀ ਹਾਂ ਅਤੇ ਤੁਸੀਂ ਗਲਤ ਜੇ। ਅਤੇ ਇਸ ਚੀਜ਼ ਉੱਤੇ ਮੈਂ ਆਉਂਦਾ ਕਿ ਮੈਕਡੋਨਲਡ ਬੜਾ ਅੱਗੇ ਆ। ਹਾਂ ਸਹੀ ਗੱਲ, ਮੈਕਡੋਨਲਡ ਤੇ ਮੈਂ ਆਉਂਦਾ ਜਿਵੇਂ ਸੁਖਬੀਰ ਬਾਦਲ ਨਹੀਂ ਚਲਾਉਣ ਡਿਆ, ਉਹਦੇ ਉੱਤੇ ਪਤਾ ਨਹੀਂ ਉਹਨਾਂ ਕਿੰਨੀ ਵਾਰੀ ਕੱਢਿਆ ਕਿ ਇਹ ਜਾਨਵਰਾਂ ਉੱਤੇ ਬਹੁਤ ਜ਼ਿਆਦਾ ਉਹ ਕਰਦੇ ਆ, ਅੱਤਿਆਚਾਰ ਕਰਦੇ ਆ, ਇਹਨਾਂ ਉੱਤੇ ਇੰਨੇ ਕੇਸ ਆ, ਇਹਨਾਂ ਨਾਲ ਕੈਂਸਰ ਹੁੰਦਾ ਆ, ਉਹ ਬੜੀ ਹੋ ਜਾਂਦੇ। ਸਹੀ ਗੱਲ, ਅਤੇ ਇਹ ਇਹਦੇ ਨਾਲ ਵੀ ਇੱਦਾਂ ਹੀ ਆ ਰਿਲੇਟਡ ਹੈ ਐਸਪਾਰਟੇਮ ਦੇ ਨਾਲ, ਕਿਉਂਕਿ ਇਹ ਸਭ ਤੋਂ ਜ਼ਿਆਦਾ ਖਾਧਾ ਜਾਣ ਵਾਲਾ ਉਹ ਆ ਇਹ ਆਰਟੀਫਿਸ਼ਲ ਸਵੀਟਨਰ ਜਿਹੜਾ ਵਾ ਐਸਪਾਰਟੇਮ ਹੈ ਸਭ ਤੋਂ ਜ਼ਿਆਦਾ ਜਿਹੜਾ ਵਾ, ਮਤਲਬ ਕਿ ਸਾਰਿਆਂ ਦੇ ਵਿੱਚੋਂ ਜ਼ਿਆਦਾ ਲੋਕ ਪਹਿਚਾਣਦਾ ਤਾਂ ਐਸਪਾਰਟੇਮ ਹੈ। ਇਹੀ ਹੈ ਸਭ ਤੋਂ ਜ਼ਿਆਦਾ ਹੈ ਨਾ, ਵੀ ਹਰੇਕ ਚੀਜ਼ ਦੇ ਵਿੱਚ ਇੱਕ ਇਹ ਆ ਅਤੇ ਇੱਕ ਸਟੀਵੀਆ ਵਾ। ਸਟੀਵੀਆ ਜਿਹੜਾ ਵਾ ਉਹ ਹਾਂ ਉਹ ਯੈਲੋ ਜਿਹੇ ਪਾਊਚ ਆਉਂਦੇ ਹੁੰਦੇ, ਉਹ ਸਾਰਿਆਂ ਨੂੰ, ਸਾਰਿਆਂ ਨੂੰ ਹਾਂ ਉਹ ਬਹੁਤ ਕਾਮਨ ਹੈ ਨਾ, ਅਤੇ ਇਹ ਸਭ ਤੋਂ ਜ਼ਿਆਦਾ ਯੂਜ਼ ਹੁੰਦਾ ਵਾ। ਇਹਦੇ ਨਾਲ ਪਹਿਲਾਂ ਵੀ ਬੜੀਆਂ ਸਟੱਡੀਜ਼ ਰਿਲੇਟਡ ਸੀ ਕਿ 2004 2005 ਹੈ ਨਾ, ਉਹਦੇ ਵਿੱਚ ਬੜਾ ਰੌਲਾ ਪਿਆ ਸੀ ਜਦੋਂ ਆਈਆਂ ਸੀ ਸਟੱਡੀਜ਼, ਜਦੋਂ ਇਹਨਾਂ ਨੇ ਚੂਹਿਆਂ ਦੇ ਉੱਤੇ ਕੀਤੀਆਂ ਸੀ ਅਤੇ ਉਹਨਾਂ ਦੇ ਵਿੱਚ ਕੈਂਸਰ ਨਿਕਲੀ ਸੀ ਹੈ ਨਾ ਐਸਪਾਰਟਮ ਦੇ ਨਾਲ। ਹਾਂ, ਅਤੇ ਉਹ ਬਹੁਤ ਸਾਰਾ ਉਦੋਂ ਕੰਟਰੋਵਰਸੀ ਜੀ ਹੋਈ ਸੀ, ਪਰ ਪਤਾ ਨਹੀਂ ਕਿਉਂ ਉਦੋਂ ਦੱਬ ਦਿੱਤੀਆਂ ਸੀ। ਅਤੇ ਆਹ ਹੁਣ ਰੀਸੈਂਟ ਇੱਕ ਸਟੱਡੀ ਹੈ 2021 ਵਾਲੀ ਜਿਹੜੀ ਯੂਨੀਵਰਸਿਟੀ ਇੱਕ ਨੇ ਕੀਤੀ ਹੈ, ਉੱਥੋਂ ਦੀ ਯੂਰਪ ਦੀ ਹੈ ਯੂਨੀਵਰਸਿਟੀ ਹੈ ਨਾ, ਉਹਨੇ ਕੀਤੀ ਆ। ਉਹਦੇ ਵਿੱਚ ਉਹਨੇ ਪ੍ਰੂਵ ਕੀਤਾ ਵਾ ਵੀ ਇਹ ਉਹਨਾਂ ਦੇ ਵਿੱਚ ਤਾਂ ਕੈਂਸਰ ਕੋਜਿੰਗ ਹੈ ਨਾ। ਇਹ ਉਹ ਕਹਿੰਦੇ ਵੀ ਹਿਊਮਨ ਟ੍ਰਾਇਲ ਵੀ ਹੋਣੇ ਚਾਹੀਦੇ ਆ ਜਿਹੜੇ ਲੌਂਗ ਟਰਮ ਯੂਜ਼ ਕਰਦੇ ਉਹਨਾਂ ਦੇ ਵਿੱਚ, ਮਤਲਬ ਕਿ ਐਸਪਾਰਟੇਮ ਉੱਤੇ ਕੀਤਾ ਹੀ ਨਹੀਂ ਗਿਆ ਕੋਈ। ਹਾਂ, ਲੌਂਗ ਹਿਊਮਨ ਟ੍ਰਾਇਲ ਇਸ ਕਰਕੇ ਵੀ ਨਹੀਂ ਹੁੰਦਾ ਕਿਉਂਕਿ ਅਸੀਂ ਕਿਤੇ ਨਾ ਕਿਤੇ ਉਹ ਜਿਹੜਾ ਦੂਸਰਾ ਨਾ ਡਾਇਰੈਕਟ ਸ਼ੂਗਰ ਜਿਹੜੀ ਨੋਰਮਲ ਸ਼ੂਗਰ ਜਿਹੜੀ ਉਹ ਕਿਤੇ ਨਾ ਕਿਤੇ ਮਿਲ ਹੀ ਜਾਂਦੀ ਆ ਹੈ ਨਾ, ਕਿਉਂਕਿ ਜੇ ਅਸੀਂ ਇਕੱਲੀ ਆਹ ਪੀਂਦੇ ਹੋਈਏ ਤਾਂ ਗੱਲ ਅੱਡ ਆ ਵੀ ਬੰਦਾ ਇੱਥੇ ਇਕੱਲਾ ਜੀਣ ਡਿਆ ਹੈ ਨਾ, ਫਿਰ ਗੱਲ ਅੱਡ ਆ ਵੀ ਅਸੀਂ ਕਹਿ ਸਕਦੇ ਹਾਂ, ਪਰ ਕਿਤੇ ਨਾ ਕਿਤੇ ਉਹ ਮਿਲ ਹੀ ਜਾਂਦੀ ਆ ਉਹ ਕਿਸੇ ਨਾ ਕਿਸੇ ਫੂਡ ਦੇ ਵਿੱਚ, ਕਿਉਂਕਿ ਹੈ ਤਾਂ ਵੀ ਕਾਰਬੋਹਾਈਡਰੇਟ ਦੇ ਵਿੱਚ ਹੀ ਆਉਂਦੀ ਹੈ। ਸਿੰਪਲ ਭਾਸ਼ਾ 'ਚ ਕਹਿ ਦਿੰਦਾ ਕਿ ਸਾਨੂੰ ਪ੍ਰੋਪਰ ਰਿਜ਼ਲਟ ਨਹੀਂ ਮਿਲਦਾ ਜੇ ਆਪਾਂ ਕਰੀਏ ਵੀ ਤਾਂ। ਹਾਂ ਠੀਕ ਹੈ, ਅਤੇ ਉੱਦਾਂ ਪਰ ਇੱਕ ਹੋਰ ਚੀਜ਼ ਆ, ਕਿਸੇ ਵੀ ਜਿਹੜੀ ਆ ਨਾ ਲੇਬਲ ਜਿਹੜਾ ਹੁੰਦਾ ਕਿਸੇ ਵੀ ਪ੍ਰੋਡਕਟ ਦਾ ਜਿਹਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਸਪਾਰਟਮ ਵਗੈਰਾ ਜਾਂ ਹੋਰ ਆਰਟੀਫਿਸ਼ਲ ਸਵੀਟਨਰ ਆ, ਉਹਨਾਂ ਦੇ ਉੱਤੇ ਨਾ ਵਾਰਨਿੰਗ ਵੈਸੇ ਲਿਖੀ ਹੁੰਦੀ ਆ। ਅੱਛਾ, ਹਾਂ ਬਹੁਤ, ਪਰ ਜਿਹੜੀਆਂ ਮੇਨ ਮੇਜਰ ਕੰਪਨੀਆਂ ਵਾ ਉਹ ਇਹ ਚੀਜ਼ਾਂ ਨਿਗਲੈਕਟ ਕਰ ਦਿੰਦੀਆਂ ਵਾ, ਉਹ ਬਸ ਪ੍ਰੂਵ ਕਰਨ 'ਤੇ ਲੱਗੀਆਂ ਹੋਈਆਂ ਵੀ ਸਾਡਾ ਸੇਫਰ ਆ ਪ੍ਰੋਡਕਟ, ਤੁਹਾਡੇ ਨਾਲੋਂ ਸਾਡਾ ਸੇਫਰ ਹੈ। ਮੈਂ ਤੁਹਾਨੂੰ ਇਸ ਚੀਜ਼ ਦੀ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ, ਜੋ ਸਾਰਿਆਂ ਦੀ ਕੋਵਿਡ ਦੇ ਵਿੱਚ ਬੰਦ ਹੋ ਜਾਂਦੇ ਸੀ ਨਾ ਜਿਮ, ਸਾਡਾ ਖੁੱਲ੍ਹਾ ਰਹਿੰਦਾ ਹੈ ਕਿਉਂਕਿ ਉਹ ਸਾਡੇ ਕੋਲੋਂ ਹੀ ਸਾਈਨ ਕਰਵਾ ਕੇ ਅਤੇ ਇੱਕ ਪਟੀਸ਼ਨ ਪਾ ਦਿੰਦੇ ਹੁੰਦੇ ਕੋਰਟ ਵਿੱਚ ਅਤੇ ਜਿਮ ਖੁੱਲ੍ਹਾ ਰਹਿੰਦਾ। ਸੋ ਇਸੇ ਤਰ੍ਹਾਂ ਤਗੜੀਆਂ ਕੰਪਨੀਆਂ ਆਪਣੀਆਂ ਲੈਬਾਂ ਦੇ ਵਿੱਚ ਰਿਸਰਚ ਸਟੱਡੀਆਂ ਕੱਢ ਲੈਂਦੀਆਂ ਜਿਹਦੇ ਵਿੱਚ ਉਹ ਵਿਖਾਉਂਦੀਆਂ ਕਿ ਹਾਂ ਵੀ ਇਹਦੇ ਸਾਈਡ ਇਫੈਕਟ ਇੰਨੇ ਕਿਆ, ਨਹੀਂ ਵੀ ਇਹ ਕੋਜ਼ ਕਰ ਸਕਦੀ ਕੋਈ ਵੱਡੀ ਬਿਮਾਰੀ, ਅਤੇ ਜਿੰਨਾ ਟੈਕਸ ਦੇਣ ਦੀਆਂ ਗਵਰਨਮੈਂਟ ਨੂੰ ਇਹ ਕੰਪਨੀਆਂ, ਗਵਰਨਮੈਂਟ ਆਉਂਦੀ ਚਲੋ ਫਿਰ ਵੇਚੀ ਜਾਓ। ਇੱਕ ਵੱਡੀ ਐਗਜ਼ਾਮਪਲ ਅਸੀਂ ਆਹ ਕਹਿ ਸਕਦੇ ਹਾਂ ਫਾਈਜ਼ਰ, ਠੀਕ ਹੈ। ਹਾਂ ਵੀ ਮੈਡੀਕਲ ਦੀ ਦੁਨੀਆ ਦੇ ਵਿੱਚ ਨਾ, ਫਾਰਮਾਸਿਊਟੀਕਲ ਦੀ ਦੁਨੀਆ ਦੇ ਵਿੱਚ ਜਿੰਨੀਆਂ ਵੀ ਕੰਪਨੀਆਂ ਦਵਾਈਆਂ ਬਣਾਉਂਦੀਆਂ, ਉਹਨਾਂ 'ਚ ਸਭ ਤੋਂ ਵੱਡਾ ਜਿਹੜਾ ਅਜੇ ਤੱਕ ਦਾ ਕੇਸ ਹੋਇਆ ਸੀ ਨਾ ਇਹਦੇ ਉੱਤੇ ਹੋਇਆ ਸੀ, ਅਤੇ ਇਹਨਾਂ ਨੇ ਕੋਈ ਪਤਾ ਨਹੀਂ $2.1 billion ਦਾ ਫਾਈਨ ਭਰਿਆ ਸੀ ਫਾਈਜ਼ਰ ਕੰਪਨੀ। ਹਾਂ ਫਾਈਜ਼ਰ, ਫਿਰ ਵੀ ਸਾਰਿਆਂ ਨੇ ਇਹਦੀ ਵੈਕਸੀਨ ਲਵਾਈ ਆ ਬਿਨਾਂ ਪੁੱਛੇ, ਠੀਕ ਹੈ। ਸੋ ਆਪਾਂ ਇਹਨੂੰ ਛੱਡਿਆ ਦੂਜੀ ਸ਼ੂਗਰ ਕਰਕੇ ਹੈ ਨਾ, ਹੁਣ ਆਪਾਂ ਜੇ ਸ਼ੂਗਰ ਬਾਰੇ ਗੱਲ ਕਰਨੇ ਹਾਂ ਤਾਂ ਆਪਾਂ ਵਾਈਟ ਸ਼ੂਗਰ ਵੀ ਛੱਡਤੀ, ਆਰਟੀਫਿਸ਼ੀਅਲ ਅਸੀਂ ਸਵੀਟਨਰ ਯੂਜ਼ ਕਰਨੇ ਸ਼ੁਰੂ ਕਰਦੇ, ਠੀਕ ਹੈ। ਪਰ ਆਰਟੀਫਿਸ਼ੀਅਲ ਸਵੀਟਨਰ ਆ ਜਿਹੜੇ ਆਪਾਂ ਉਹ ਸ਼ੂਗਰ ਜਿੰਨੇ ਨਹੀਂ ਪਾਉਂਦੇ, ਆਪਾਂ ਐਕਸੈਸ ਵਿੱਚ ਵਰਤੋਂ ਕਰਨੀ ਸ਼ੁਰੂ ਕਰਦੀ ਹੈ ਨਾ। ਹੁਣ ਉਹਦੇ ਵਿੱਚ ਲਿਖਿਆ ਐਸਪਾਰਟਮ ਤਾਂ ਲਿਖਿਆ ਸੀਗਾ ਕਿ ਉਹਦੀ ਸਵੀਟਨਰ ਸਵੀਟਨਿੰਗ ਕਪੈਸਿਟੀ ਹੈ ਜਿਹੜੀ ਜਾਂ ਪਰਸੈਂਟੇਜ ਆ ਇੰਡੈਕਸ, ਹਾਂ ਉਹ ਦੂਜੇ ਨਾਲੋਂ ਕਿੰਨਾ 60-70% ਜ਼ਿਆਦਾ। ਹੁਣ ਆਪਾਂ ਸ਼ੂਗਰ ਛੱਡੀ, ਠੀਕ ਹੈ, ਸ਼ੂਗਰ ਆਪਾਂ ਕਿਉਂ ਛੱਡੀ, ਕਿ ਉਹਨੂੰ ਸਾਫ਼ ਕਰਨ ਵਾਸਤੇ ਕੀ ਯੂਜ਼ ਕਰਦੇ ਹਾਂ, ਉਹਨੂੰ ਪਿਓਰੀਫਾਈ ਕਰਨ ਵਾਸਤੇ ਬਰਾਊਨ ਤੋਂ ਚਿੱਟਾ ਕਰਨ ਲਈ ਸਲਫਰ ਯੂਜ਼ ਕਰ, ਉਹਨੂੰ ਸਲਫਰ ਯੂਜ਼ ਕਰਦੇ ਹਾਂ, ਠੀਕ ਹੈ। ਹਾਂ ਵੀ ਇਹਨੂੰ ਛੱਡ ਦਿਓ, ਸਲਫਰ ਇਜ਼ ਹਾਨੀਕਾਰਕ ਫੋਰ ਯੋਰ ਬੋਡੀ, ਪਰ ਸਾਡੇ ਕੋਲ ਬਰਾਊਨ ਸ਼ੂਗਰ ਦੀ ਆਪਸ਼ਨ ਹੈਗੀ ਸੀ, ਠੀਕ ਆ। ਪਰ ਆਪਣੇ ਲੋਕਾਂ ਦੇ ਵਿੱਚ ਇੱਕ ਚੀਜ਼ ਹੋ ਗਈ ਆ ਕਿ ਇਹਨਾਂ ਨੇ ਚੀਜ਼ ਜ਼ਿਆਦਾ ਕੰਜ਼ਿਊਮ ਕਰਨੀ ਆ, ਐਂਡ ਇਹ ਚੀਜ਼ ਮਾਰਕੀਟਿੰਗ ਕੰਪਨੀਆਂ ਸਮਝ ਚੁੱਕੀਆਂ ਨੇ, ਉਹਨਾਂ ਨੂੰ ਪਤਾ ਇਹਨਾਂ ਨੇ ਇਹ ਪਿੰਨੋਂ ਨਹੀਂ ਹਟਣਾ, ਇਹਨਾਂ ਨੂੰ ਦੂਜੇ ਹੋਰ ਕਿਸੇ ਬਾਲਵਲੇ ਵਿੱਚ ਪਾ ਦਿਓ, ਠੀਕ ਹੈ। ਸ਼ੂਗਰ ਵਾਲਾ ਐਕਸਪੋਜ਼ ਹੋਇਆ, ਐਸਪਾਰਟਮ ਆ ਗਈ, ਜਦਕਿ ਬਰਾਊਨ ਸ਼ੂਗਰ ਸਾਡੇ ਕੋਲ ਹੈਗੀ ਸੀਗੀ ਜਿਹੜੀ ਵਿੱਚ ਸਲਫਰ ਸੁਲਫਰ ਘੱਟ ਯੂਜ਼ ਹੁੰਦਾ, ਠੀਕ ਹੈ। ਆਪਣੇ ਕੋਲ ਗੁੜ ਹੈਗਾ ਸੀ, ਠੀਕ ਹੈ, ਜਗਰੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਿਹੜੀ ਸ਼ੂਗਰ ਕੇਨ ਤੋਂ ਹੀ ਬਣੀ ਆ, ਮਿੱਠਾ ਦੇ ਸਕਦੀ ਆ ਤੁਹਾਨੂੰ, ਠੀਕ ਹੈ, ਪਰ ਉਹਨਾਂ ਨਵੀਂ ਚੀਜ਼ ਇੰਟਰੋਡਿਊਸ ਕਰਤੀ। ਐਂਡ ਮੈਂ ਕਹਿੰਦਾ ਹਾਂ ਜੇ ਪੀਣੀ ਹੀ ਆ ਆਹ ਪੀ ਲਓ, ਪਰ ਅੱਧੀ ਪੀ ਲਓ, ਠੀਕ ਆ। ਤੁਹਾਨੂੰ ਇਹ ਤਾਂ ਪਤਾ ਹੋਊਗਾ ਕਿ ਕੁਛ ਅਸੀਂ ਫੈਮਿਲੀਅਰ ਚੀਜ਼ ਖਾਣ ਡੇ ਹਾਂ, ਰੈਦਰ ਦੈਨ ਅਸੀਂ ਇੱਕ ਕੈਮੀਕਲ ਕੰਜ਼ਿਊਮ ਕਰਨ ਡੇ ਹਾਂ ਐਸਪਾਰਟਮ, ਸਹੀ ਗੱਲ, ਠੀਕ ਆ। ਸੋ ਐਸਪਾਰਟਮ ਉੱਤੇ ਹੋਰ ਕੀ ਹੈ ਪੜਿਆ? ਐਸਪਾਰਟਮ ਦੇ ਇੱਕ ਨਾ ਹੋਰ ਚੀਜ਼ ਆ, ਇਹਦੇ ਵਿੱਚ ਜਿਹੜੀਆਂ ਮੈਂ ਸਟੱਡੀਆਂ ਪੜ੍ਹੀਆਂ ਨੇ ਉਹਨਾਂ ਵਿੱਚ ਇਹ ਚੀਜ਼ ਲਿਖੀ ਆ ਵੀ
ਭਾਵੇਂ ਐਸਪਾਰਟਮ ਹੈ ਭਾਵੇਂ ਜਿਹੜਾ ਮਰਜ਼ੀ ਆਰਟੀਫਿਸ਼ਲ ਤੁਸੀਂ ਸਵੀਟਨਰ ਲੈ ਲਓ, ਹਾਂ ਇਹਨਾਂ ਨੂੰ ਕਹਿੰਦੇ ਹੁੰਦੇ ਆ ਨੋਨ ਨਿਊਟਰੀਐਂਟ ਸਵੀਟਨਰਸ, ਠੀਕ ਹੈ, NNS ਕਰਕੇ ਯੂਜ ਇਹਦਾ ਵਰਡ ਟਰਮ ਯੂਜ਼ ਕਰਦੇ ਹੈ ਨਾ। ਅਤੇ ਇਹਦੇ ਵਿੱਚ ਨਾ ਇੱਕ ਚੀਜ਼ ਇਹਨਾਂ ਲਿਖੀ ਸੀ ਵੀ ਜਦੋਂ ਤੁਸੀਂ ਰੈਗੂਲਰ ਸ਼ੂਗਰ ਛੱਡ ਕੇ ਤੁਸੀਂ ਇਹ ਖਾਂਦੇ ਹੋ ਨਾ, ਤੁਹਾਡਾ ਜਿਹੜਾ ਦਿਮਾਗ ਆ ਨਾ ਉਹ ਚਾਹੁੰਦਾ ਵੀ ਮੈਂ ਹੋਰ ਖਾਵਾਂ, ਸਾਈਕੋਲੋਜੀਕਲ ਸੈਟੀਸਫੈਕਸ਼ਨ ਨਹੀਂ ਮਿਲਦੀ। ਹਾਂ ਇਹ ਚੀਜ਼ ਨੂੰ ਉਹਦਾ ਇੱਕ ਹੋਰ ਤੁਸੀਂ ਦੇਖ ਸਕਦੇ ਹੋ, ਰਿਜ਼ਲਟ ਦੇਖ ਸਕਦੇ ਹੋ ਵੀ ਅਮੈਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਯੂਜ਼ ਹੁੰਦੀ ਹੈ ਡਾਇਟ ਕੋਕ ਅਮੈਰੀਕਾ 'ਚ, ਠੀਕ ਹੈ। ਅਮੈਰੀਕਾ ਦੀ 30% ਪਾਪੂਲੇਸ਼ਨ ਓਬੀਜ਼ ਆ ਅਤੇ 70% ਦੇ ਲਾਗੇ ਜਿਹੜੀ ਆ ਉਹ ਓਵਰਵੇਟ ਹੈ, ਹੈਗੀ ਹੈ ਨਾ। ਅਤੇ ਇਹ ਪਿਛਲੇ 20-30 ਸਾਲਾਂ 'ਚ ਹੀ ਇਹਦਾ ਚਲਨ ਜ਼ਿਆਦਾ ਵਧਿਆ ਵਾ, ਅਤੇ ਉਹਨੇ ਹੀ 20-30 ਸਾਲਾਂ ਦੇ ਵਿੱਚ ਇਹਨਾਂ ਦਾ ਵੀ ਜਿਹੜਾ ਵੇਟ ਦਾ ਉਹ ਆ ਇੰਡੈਕਸ, ਹਾਂ ਉਹ ਉੱਪਰ ਜਾਣ ਡਿਆ। ਐਂਡ ਐਸਪਾਰਟਮ ਤੋਂ ਮੈਨੂੰ ਉਦੋਂ ਦੱਸਣ ਡਿਆ ਜੋ ਆਪਾਂ ਡਿਸਕਸ ਕਰ ਰਹੇ ਹਾਂ ਕਿ ਇਹ ਓਬੈਸਿਟੀ ਵੀ ਕੋਜ਼ ਕਰਦੀ ਹੈ। ਉਹੀ ਉਹੀ ਆ ਵੀ ਇਹ ਜਦੋਂ ਦਿਮਾਗ ਨੂੰ ਇਹ ਕਹਿੰਦੀ ਹੈ ਵੀ ਇਹ ਤੈਨੂੰ ਨਿਊਟ੍ਰੀਸ਼ਨ ਨਹੀਂ ਮਿਲਿਆ ਸਹੀ, ਹੈ ਨਾ, ਤੈਨੂੰ ਜੋ ਚਾਹੀਦਾ ਸੀ ਨਾ ਉਹ ਮਿਲਿਆ ਨਹੀਂ, ਉਹ ਹੋਰ ਖਾਣ ਨੂੰ ਕਰਦੀ ਹੈ। ਅਤੇ ਲੌਂਗ ਟਰਮ ਯੂਜ਼ ਦੇ ਵਿੱਚ ਇਹੀ ਚੀਜ਼ ਹੈ ਵੀ ਜਦੋਂ ਤੁਸੀਂ ਲਗਾਤਾਰ ਇਹੀ ਖਾਂਦੇ ਰਹਿੰਦੇ ਹੋ ਦਿਮਾਗ ਤੁਹਾਡਾ ਸੋਚਦਾ ਰਹਿੰਦਾ ਹੋਰ ਖਾਵਾਂ ਹੋਰ ਖਾਵਾਂ, ਹੋਰ ਕਾਰਬੋਹਾਈਡਰੇਟ ਖਾਣ ਨੂੰ ਦਿਲ ਕਰਦਾ ਉਹਦਾ, ਹਾਂ ਠੀਕ ਹੈ, ਅਤੇ ਫਿਰ ਤਾਂ ਓਬੈਸਿਟੀ ਆਉਣੀ ਆਉਣੀ, ਇੱਕ 0 ਕੈਲਰੀ 'ਚ ਐਨਰਜੀ ਵੀ ਨਹੀਂ ਮਿਲੀ, ਠੀਕ ਹੈ, ਦਿਮਾਗ ਨੂੰ ਤਾਂ ਲੱਗਣਾ ਹੀ ਹੈ ਕਿ ਔਖੀ ਜਿਹੀ ਚੀਜ਼ ਹੈ ਹੋਰ ਪਾਲਾ ਅੰਦਰ। ਇਸ ਚੀਜ਼ ਨੂੰ ਮੈਂ ਬੜਾ ਵਧੀਆ ਰਿਲੇਟ ਕਰ ਸਕਦਾ, ਸਾਰੇ ਜਣੇ ਕਰ ਸਕਦੇ ਜੋ ਨਵੇਂ ਨਵੇਂ ਘਰਾਂ 'ਚ ਫਿਲਟਰ ਲੱਗੇ, ਤੈਨੂੰ ਪਤਾ ਫਿਲਟਰ ਵਾਲਾ ਪਾਣੀ ਬੜਾ ਹਲਕਾ ਜਿਹਾ ਲੱਗਦਾ ਹੈ ਅਤੇ ਪਿਆਸ ਵੀ ਨਹੀਂ ਬੁੱਝਦੀ ਉਹਦੇ ਨਾਲ, ਠੀਕ ਹੈ, ਉਹਦੇ 2-3 ਗਲਾਸ ਪੀ ਜੀ ਦੀ ਢੇਡ ਟੱਪ ਜਾਂਦਾ ਹੁੰਦਾ ਪਰ ਪਿਆਸ ਨਹੀਂ ਬੁੱਝਦੀ। ਉਹਦੇ 'ਚ ਮੈਂ ਦੱਸ ਦਿੰਦਾ ਇੱਕ ਰੀਜ਼ਨ ਕੀ ਸੀ, ਇੰਡੀਆ ਦੇ ਵਿੱਚ ਨਵੇਂ ਨਵੇਂ ਜਦੋਂ ਆਏ ਸੀ ਫਿਲਟਰ, ਹੈ ਨਾ, ਉਦੋਂ ਕਹਿੰਦੇ ਹੁੰਦੇ ਸੀ ਇਹਦੇ ਵਿੱਚ 0 TDS, ਹਾਂ 0 TDS, ਹੈ ਨਾ, ਟੋਟਲ ਡਿਜ਼ੋਲਵਡ ਸੋਲਿਡ ਜਿਹਨਾਂ ਨੂੰ ਕਹਿੰਦੇ ਨਾ, 0 TDS ਵਾਲੇ ਫਿਲਟਰ ਚੱਲੇ ਸੀ। ਉਹ ਤੋਂ ਬਾਅਦ ਨਾ ਲੋਕਾਂ ਦੇ ਵਿੱਚ ਜੋੜਾਂ ਦਾ ਦਰਦ ਬੜਾ ਸ਼ੁਰੂ ਹੋ ਗਿਆ ਸੀ, ਠੀਕ ਹੈ, ਹੈ ਨਾ, ਅਤੇ ਇਹ ਕੰਪਲੇਂਟਾਂ ਬੜੀਆਂ ਵੱਧ ਗਈਆਂ ਸੀ। ਫਿਰ ਕੰਪਨੀਆਂ ਨੂੰ ਐਂਡ 'ਤੇ ਆਣ ਕੇ ਉਹਦਾ TDS ਵਧਾ ਕੇ 60-80 ਦੇ ਵਿੱਚ ਕਰਨਾ ਪਿਆ ਸੀ। ਡਾਕਟਰ ਕਾਹਦਾ ਜੋਨੀ ਸਿੰਘ ਵੇਖ ਲਓ, ਕਰੋ ਚੈੱਕ, ਹੈ ਬਸ ਆ ਗਲਤੀ ਮਾਰ ਗਲਤੀ ਮਾਰ। ਅਤੇ ਉਹ ਉਹ ਉਹਦਾ ਰੀਜ਼ਨ ਕੀ ਸੀ, ਕਿਉਂਕਿ ਉਹ ਪਾਣੀ ਦੇ ਵਿੱਚੋਂ ਕੈਲਸ਼ੀਅਮ ਤੱਕ ਕੱਢ ਲੈਂਦਾ ਹੁੰਦਾ ਸੀ, ਆਹੋ ਜਿਹੜੇ ਕੁਝ ਕੱਢਤਾ ਜਮੀ ਸਾਫ਼ ਕਰਤਾ। ਹਾਂ ਇੰਡੀਆ 'ਚ ਤਾਂ ਮੇਨ ਜਿਹੜਾ ਪਾਣੀ ਸੀ ਉਹ ਤਾਂ ਉਹਦਾ ਸੀ ਨਾ ਪੰਪਡ ਵਾਟਰ, ਜਿਹੜਾ ਖੂਹੀ ਵਾਲਾ ਅਸੀਂ ਕਹਿ ਸਕਦੇ ਇੱਕ ਹਿਸਾਬ ਦਾ, ਮੋਟਰ ਨਾਲ ਤਾਂ ਚੁੱਕਿਆ। ਹਾਂ ਅੱਜ ਵੀ ਨਲਕੇ ਦਾ ਪਾਣੀ ਪੀਏਗਾ ਨਾ ਤੈਨੂੰ ਪਾਰਾ ਲੱਗਦਾ, ਠੀਕ ਹੈ, ਉਹਦਾ ਵੱਖ ਫਲੇਵਰ ਹੈ ਸਾਰਾ ਕੁਝ। ਸੋ ਇਸੇ ਤਰ੍ਹਾਂ ਆ, ਤੁਸੀਂ ਆਹ ਪੀ ਕੇ ਦੇਖੋ, ਠੀਕ ਹੈ, ਬੜਾ ਮਜ਼ਾ ਆਉਂਦਾ, ਮਾਨਸਿਕ ਸਕੂਨ ਮਿਲਦਾ, ਠੀਕ ਹੈ, ਕਿ ਅਸੀਂ ਆਹ ਚੀਜ਼ ਲੈਣ ਡੇ ਐਂਡ ਤੁਸੀਂ ਸ਼ੂਗਰ ਲੈਣ ਡੇ ਜੀ। ਇਹਦੇ ਵਿੱਚ ਲਿਖਿਆ ਕਿੰਨੀਆਂ ਕੈਲੋਰੀਜ਼ ਹੈ, ਠੀਕ ਹੈ, ਇਹਦੇ ਵਿੱਚ ਲਿਖਿਆ 41 grams ਆਫ ਸ਼ੂਗਰ, ਮੈਂ ਜ਼ਿਆਦਾ ਪੀ ਲਈ, ਠੀਕ ਹੈ, 41 grams ਸ਼ੂਗਰ ਆ, ਥੋੜ੍ਹੀ ਬਹੁਤ ਵਿੱਚ ਕੈਫੀਨ ਵੀ ਹੋ ਸਕਦੀ ਆ, ਰਾਈਟ, ਪਰ ਜੇ ਤੁਹਾਨੂੰ ਦਿਖਣ ਡਿਆ 41 ਹੈ ਤੁਸੀਂ ਅੱਧਾ ਪੀ ਲਓ, ਪਰ ਤੁਹਾਨੂੰ ਮੈਂਟਲ ਸੈਟਿਸਫੈਕਸ਼ਨ ਤਾਂ ਦੇਣ ਡਿਆ ਨਾ, ਕਿਉਂ ਅਸੀਂ ਇੱਕ ਕੈਮੀਕਲ ਵਾਲੀ ਸਾਈਡ ਉੱਤੇ ਜਾਣਦੇ ਹਾਂ, ਸ਼ੂਗਰ ਨਾਲ ਤਾਂ ਅਸੀਂ ਫੈਮਿਲੀਅਰ ਹਾਂ, ਰਾਈਟ, ਹੈ ਨਾ, ਇੱਡੀ ਕਿਹੜੀ ਵੇਲਣੇ 'ਚ ਬਾਂਹ ਆ ਗਈ ਆ ਕਿ ਆਪਾਂ ਉਹ ਚੀਜ਼। ਐਂਡ ਜਿਹੜੇ ਲੋਕ ਸਮਝਦੇ ਡਾਇਟ ਕੋਕ ਇਹਦੇ ਨਾਲੋਂ ਬੜੀ ਜ਼ਿਆਦਾ ਘੈਂਟ ਆ, ਠੀਕ ਆ, ਤੁਸੀਂ ਗਲਤ ਜੇ ਛੇੜੋ, ਡਾਇਟ ਕੋਕ ਕੋਈ ਘੈਂਟ ਨਹੀਂ, ਠੀਕ ਹੈ, ਡਾਇਟ ਕੋਕ ਕੈਂਸਰ ਕੌਜ਼ਿੰਗ ਹੈ ਜੇ ਤੁਸੀਂ ਲੌਂਗ ਟਰਮ ਯੂਜ਼ ਕਰਦੇ। ਹਾਂ ਉਹਦੇ ਵਿੱਚ ਇਹ ਚੀਜ਼ ਲਿਖੀ ਸੀ ਜਿਹੜੀ ਯੂਰੋਪੀਅਨ ਯੂਨੀਅਨ ਹੈ ਨਾ ਉਹਨੇ ਰੱਖਿਆ ਵਾ, ਯੂਰਪ ਦੇ ਵਿੱਚ ਮਤਲਬ ਕਿ ਰੱਖਿਆ ਹੋਇਆ ਵਾ, ਇਹ 40 mg ਪਰ kg ਪਰ ਡੇ, 40 mg ਐਸਪਾਰਟਮ ਦਾ ਵੀ ਮਿਨੀਮਮ ਡੋਜ ਜਿਹੜੀ ਤੁਸੀਂ ਲੈ ਸਕਦੇ ਹੋ ਇੱਕ ਦਿਨ 'ਚ 40 mg ਪਰ kg ਪਰ ਡੇ, ਠੀਕ ਹੈ। ਅਤੇ ਇੱਧਰ ਹੈਗਾ ਵਾ ਅਮੈਰੀਕਾ 'ਚ ਹੈਗਾ 50 mg ਪਰ kg ਪਰ ਡੇ, ਠੀਕ ਹੈ। ਅਤੇ ਉਹਦੇ ਵਿੱਚ ਜਿਹੜੀ ਅੱਜ ਆਹ ਜਿਹੜੀ 2021 ਵਾਲੀ ਰਿਸਰਚ ਹੈ ਨਾ ਚੂਹਿਆਂ 'ਤੇ ਜਿਹੜੀ ਕੀਤੀ ਹੋਈ, ਉਹਦੇ ਵਿੱਚ ਇਹ ਲਿਖਿਆ ਵੀ ਉਹ ਜਦੋਂ ਮਿਨੀਮਮ ਡੋਜ ਤੋਂ ਵੀ ਘੱਟ ਦਿੱਤਾ ਜਾਂਦਾ ਸੀ ਨਾ ਉਹਨਾਂ ਨੂੰ ਲੌਂਗ ਟਰਮ ਵਾਸਤੇ, ਉਹਨਾਂ 'ਚ ਫਿਰ ਵੀ ਕੈਂਸਰ ਹੋ ਗਈ ਸੀ। ਦੇ ਆਰ ਮੋਰ ਪ੍ਰੋਨ ਟੂ ਕੈਂਸਰ, ਠੀਕ ਹੈ, ਕਿ ਇੱਕ ਬੰਦਾ ਜਿਹੜਾ ਨੋਰਮਲ ਆਪਣੀ ਡਾਇਟ ਖਾਣ ਡਿਆ ਜਾਂ ਆਹ ਪੀਣ ਡਿਆ ਆ, ਇਹਨਾਂ ਨਾਲ ਡਾਇਬਟੀਜ਼ ਹੋ ਸਕਦੀ ਹੈ ਜਾਂ ਹੋਰ ਲਟਨ ਪਟਨ ਚੀਜ਼ਾਂ ਹੋ ਜਾਣਗੀਆਂ, ਪਰ ਜਿਹੜੇ ਕੈਮੀਕਲਸ ਆ ਜਿਹਨਾਂ ਨੂੰ ਤੁਹਾਨੂੰ ਹੈਲਦੀ ਕਹਿ ਕੇ ਮਾਰਕੀਟਿੰਗ ਕੀਤੀ ਜਾਂਦੀ ਹੈ ਉਹ ਕੋਈ ਹੈਲਦੀ ਨਹੀਂ। ਉਹੀ ਚੀਜ਼ ਅਸੀਂ ਇਹਨੂੰ ਉਹਨਾਂ ਰਿਲੇਟ ਕਰ ਸਕਦੇ, ਅਸੀਂ ਵਾਲਾਂ 'ਤੇ ਕਹਿੰਦੇ ਅਸੀਂ ਕੈਮੀਕਲ ਨਹੀਂ ਲਾਉਣੇ ਪਰ ਅਸੀਂ ਢਿੱਡ 'ਚ ਪਾਉਣ ਨੂੰ ਤਿਆਰ ਹਾਂ ਪਾਏ, ਠੀਕ ਹੈ ਨਾ। ਮੈਂ ਤੁਹਾਨੂੰ ਕਿਹਾ ਸੀ ਨਾ ਵੇਖ ਲਓ ਕਵੀ ਵੀ ਆ, ਠੀਕ ਆ, ਇਹ ਬੜੀ ਵਧੀਆ ਗੱਲ ਕੀਤੀ, ਠੀਕ ਆ, ਕਿ ਕਹਿੰਦੇ ਅਸੀਂ ਵਾਲਾਂ ਉੱਤੇ ਨਹੀਂ ਲਾਉਣੇ, ਅਸੀਂ ਸਕਿਨ ਉੱਤੇ ਵੇਖ ਕੇ ਲੈਂਦੇ ਹਾਂ ਕਿ ਇਹਦੇ ਵਿੱਚ ਫਲਾਣਾ 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 ਕੈਮੀਕਲ ਤੇ ਨਹੀਂ, ਠੀਕ ਆ, ਪਰ ਆਪਾਂ ਢਿੱਡ ਵਿੱਚ ਲਗਾਤਾਰ ਸੁੱਟਣੇ ਆ। ਸਹੀ ਗੱਲ, ਇਸ ਗੱਲ ਦੇ ਵਿੱਚ ਅਸੀਂ ਸਪਲੀਮੈਂਟ ਵੀ ਕਹਿ ਸਕਦੇ ਹਾਂ। ਸਹੀ ਗੱਲ, ਬੜੀਆਂ ਚੀਜ਼ਾਂ, ਸਭ ਤੋਂ ਕਾਮਨ ਚੀਜ਼ ਮੈਂ ਦੱਸ ਦਿੰਦਾ ਟੂਥਪੇਸਟ, ਉਹਦੇ ਉੱਤੇ ਨਾ ਵਾਰਨਿੰਗ ਹੁੰਦੀ ਲਿਖੀ,
ਭਾਵੇਂ ਹੁਣੇ ਲਿਆਇਆ ਭਾਵੇਂ ਉਹਦੇ ਉੱਤੇ ਵੀ ਪੋਇਜ਼ਨਿੰਗ ਦੀ ਵਾਰਨਿੰਗ ਲਿਖੀ ਹੈ, ਜੇ ਇੰਜੈਸਟਡ ਹੈ ਤਾਂ ਆਪਣੇ ਕਲੀਨੀਸ਼ੀਅਨ ਨੂੰ ਕਾਲ ਕਰੋ, ਠੀਕ ਹੈ। ਪਰ ਬਾਅਦ 'ਚ ਉਹਨਾਂ ਨੇ ਇਹ ਲਿਖ ਕਹਿ ਦੇਣਾ ਹੁੰਦਾ ਵੀ ਤੁਸੀਂ ਇੰਨੀ ਮਿਨੀਮਮ ਡੋਜ਼ ਹੈ, ਤੁਸੀਂ ਇੰਨੀ ਕੀ ਲੈ ਸਕਦੇ ਹੋ। ਜਦੋਂ ਵਾਰਨਿੰਗ ਲਿਖਤੀ ਤਾਂ ਉਹਨੂੰ ਅਗਲਿਆਂ ਨੇ ਤਾਂ ਡਿਸਕਲੇਮਰ ਪਾਤਾ, ਤੇ ਆਪਣੇ ਉੱਥੇ ਨਿੱਕੇ ਨਿਆਣੇ ਇੱਦਾਂ ਹੀ ਚੱਟੀ ਜਾਂਦੇ, ਮਿੱਟੀ ਬੜੀ ਲੱਗਦੀ। ਆਹੋ, ਮੰਮੀ ਨੇ ਉਂਗਲ ਤਾਂ ਲਾ ਕੇ ਦੇਣੀ ਤੇ ਮੈਂ ਖਾ ਜਾਣੀ, ਤੇ ਮੰਮੀ ਨੇ ਕਹਿਣਾ ਖੋਤਾ ਜਿਹਾ ਸਾਰੀ ਖਾ ਜਾਂਦਾ। ਸਹੀ ਗੱਲ ਹੈ, ਪਰ ਪਤਾ ਨਹੀਂ ਲੋਕਾਂ ਨੂੰ ਪਤਾ ਨਹੀਂ ਹੈ, ਪਤਾ ਨਹੀਂ ਹੈ ਨਾ, ਤੇ ਆਪਣੇ ਉਹ ਕਿਉਂ ਇੰਨਾ ਮਸ਼ਹੂਰ ਕੀਤਾ ਹੋਇਆ ਹੁਣ, ਹੈ ਨਾ, ਕਿਉਂਕਿ ਆਪਣੇ ਲੋਕ ਜਿਹੜੇ ਸੀ ਜਿੱਦਾਂ ਦਾਤਣਾ ਯੂਜ ਕਰਦੇ ਹੁੰਦੇ ਸੀ, ਹੈ ਨਾ, ਉਹਨਾਂ ਨੂੰ ਰਿਪਲੇਸ ਕਰ ਦਿੱਤਾ ਹੋਇਆ ਕਿਉਂਕਿ ਪ੍ਰੋਡਕਟ ਵਿਕਣਾ ਚਾਹੀਦਾ ਸੀ। ਸੋ ਸੇਮ ਚੀਜ਼ ਆ ਵੀ ਹੈ, ਹੋਰ ਠੀਕ ਹੈ ਨਾ, ਲੋਕਾਂ ਨੂੰ ਕਹਿ ਦਿੱਤਾ ਗਿਆ ਆ ਆ ਅਨਹੈਲਦੀ ਹੈ, ਠੀਕ ਹੈ, ਬਿਕੋਜ਼ ਜਿਹੜੇ ਇਹਦੇ ਉੱਤੇ ਲੱਗੇ ਉਹਨਾਂ ਇਹਦੇ ਉੱਤੇ ਰਹਿਣਾ, ਤੇ ਇਹੋ ਹੀ ਕੰਪਨੀਆਂ ਇਹਦਾ ਹੀ ਹੈਲਦੀ ਵਰਜਨ ਬਣਾਉਣ ਡਈਆਂ ਨੇ। ਕਿਉਂ, ਇੱਕ ਮਿੰਟ, ਇਹਦਾ ਹੀ ਵਰਜਨ ਕੋਈ ਹੋਰ ਕੰਪਨੀ ਕਿਉਂ ਨਹੀਂ ਬਣਾਉਣ ਡਈ, ਠੀਕ ਹੈ। ਇਹ ਤੇ ਉਹ ਗੱਲ ਹੋ ਗਈ ਨਾ ਕਿ ਜਿਹੜੀ ਕੰਪਨੀ ਸਿਗਰਟ ਬਣਾਉਣ ਡਈ ਆ ਉਹਨਾਂ ਦੇ ਕੈਂਸਰ ਵਾਲੇ ਹਸਪਤਾਲ ਹੈ, ਸਹੀ ਗੱਲ, ਓਕੇ। ਜੇ ਇਹਨਾਂ ਨੂੰ ਪਤਾ ਆ ਦਿਸ ਇਜ਼ ਅਨਹੈਲਦੀ, ਹੈ ਨਾ, ਦਿਸ ਇਜ਼ ਨੋਟ ਗੁੱਡ ਫਾਰ ਯੋਰ ਹੈਲਥ, ਠੀਕ ਹੈ, ਇਹਨੂੰ ਡਿਸਕੰਟੀਨਿਊ ਕਰੋ। ਸਹੀ ਗੱਲ, ਕਿਉਂ ਨਹੀਂ ਕਰਦੇ? ਸਹੀ ਗੱਲ, ਕਿਉਂਕਿ ਮਾਰਜਿਨ ਵਧੀਆ ਹੋਇਆ, ਠੀਕ ਹੈ, ਪ੍ਰੋਡਕਟ ਕੱਢਣਾ ਹੈ ਆਪਣਾ। ਸਹੀ ਗੱਲ, ਕਰਨਾ ਕੀ ਆ ਹੁਣ, ਸਵਾਦ ਨੂੰ ਵੀ ਟਾਰਗੇਟ ਕਰ ਲਿਆ, ਹੈਲਥ ਐਂਡ ਫਿਟਨੈਸ ਨੂੰ ਵੀ ਟਾਰਗੇਟ ਕਰ ਲਿਆ, ਤੇ ਮੂਰਖ ਬੰਦੇ ਆ ਫੜ ਫੜ ਕੇ ਵਿਖਾਉਂਦੇ ਆ। ਹਾਂ, ਪੀਓ, ਪੀਣ 'ਚ ਕੋਈ ਹਰਜ ਨਹੀਂ, ਪਰ ਰੋਜ਼ ਨਾ ਪੀਓ, ਤੇ ਡਾਇਟ ਕੋਕ ਨੂੰ ਹੈਲਦੀ ਨਾ ਜਾਣ ਲਿਓ ਕਿਤੇ, ਡਾਇਟ ਸੋਫਟ ਡਰਿੰਕਸ ਨੂੰ ਕਦੀ ਵੀ ਹੈਲਦੀ ਨਾ ਜਾਣ ਲਿਓ। ਇਹ ਨਾ ਸੋਚਿਓ ਜਿੱਦਾਂ ਇਹਨੂੰ ਪੀਂਦੇ ਜੇ ਉੱਦਾਂ ਉਹਨੂੰ ਪੀ ਜਾਓ, ਓਕੇ, ਕੋਈ ਚੱਕਰ ਨਹੀਂ, ਠੀਕ ਹੈ। ਇਹਨੂੰ ਪੀਣਾ ਹੈ ਲਿਮਿਟਡ ਕੁਆਂਟਿਟੀ ਵਿੱਚ ਪੀ ਲਓ। ਅਸੀਂ ਸਿੱਧਾ ਕਹਿੰਦੇ ਹਾਂ ਜੀ, ਸ਼ਾਦੀ ਤਿਉਹਾਰ ਫੰਕਸ਼ਨ ਹੀ ਆਪਣੇ ਬਣੇ, ਆਇਆ ਗਿਆ ਕੋਈ ਨਾ ਕੋਈ ਰਹਿੰਦਾ ਹੈ ਘਰੇ, ਠੀਕ ਹੈ ਨਾ, ਆਪਾਂ ਸਾਰਾ ਕੁਝ ਛੱਡ ਵੀ ਨਹੀਂ ਸਕਦੇ ਰਿਸ਼ਤੇਦਾਰੀਆਂ ਵੀ, ਠੀਕ ਹੈ, ਪਰ ਲਿਮਿਟ ਦੇ ਵਿੱਚ ਸ਼ੇਰੋ ਕੰਜ਼ਿਊਮ ਕਰੋ। ਉਹ ਚੀਜ਼ਾਂ ਇਹਨਾਂ ਨਾਲੋਂ ਜ਼ਿਆਦਾ ਹਾਰਮਫੁਲ ਹੈ, ਠੀਕ ਹੈ। ਹਾਂ, ਹੋਰ ਵੀ ਚੀਜ਼ਾਂ ਹੈਗੀਆਂ ਜਿੱਦਾਂ ਮੈਂ ਦੱਸ ਦਿੰਦਾ। ਹਾਂਜੀ, ਠੀਕ ਹੈ, ਇਹ ਜਿੱਦਾਂ ਇੱਥੇ ਇੱਕ ਮੇਰੇ ਸਾਹਮਣੇ ਖੁੱਲੀ ਹੋਈ ਆ, ਇਹਦੇ ਵਿੱਚ ਨਾ ਇਹ ਲਿਖੀ ਹੋਈ ਹੈ ਚੀਜ਼, ਹਾਂ, ਇਹਦੇ ਵਿੱਚ ਆ ਦੋ ਤਿੰਨ ਚੀਜ਼ਾਂ ਹੋਰ ਲਿਖੀਆਂ ਹੋਈਆਂ, ਜਿੱਦਾਂ ਵੀ ਇਹ ਪ੍ਰੈਗਨੈਂਸੀ ਵਾਲੀਆਂ ਜਿਹੜੀਆਂ ਜਨਾਨੀਆਂ ਜਾਂ ਜਿਹੜੀਆਂ ਦੁੱਧ ਪਿਆਉਂਦੀਆਂ ਬੱਚਿਆਂ ਨੂੰ, ਉਹਨਾਂ ਦੇ ਵਿੱਚ ਨਹੀਂ ਇਹ ਦੇਣਾ, ਕਿਉਂਕਿ ਦੁੱਧ ਰਾਹੀਂ ਛੋਟੀ ਉਮਰ 'ਚ ਹੀ ਉਹਨਾਂ ਨੂੰ ਜਿਹੜੇ ਬੱਚੇ ਆ ਉਹਨਾਂ ਨੂੰ ਹੋ ਸਕਦਾ ਵਾ ਵੀ ਇਹਦਾ ਐਕਸਪੋਜ਼ਰ ਹੋ ਸਕਦਾ, ਕਿਉਂਕਿ ਜੋ ਮਾਂ ਖਾਂਡੀ ਉਹ ਬੱਚੇ ਤੱਕ ਪਹੁੰਚਣ ਡਿਆ ਸਿੰਪਲ, ਕਿਉਂਕਿ ਇਹ ਕੈਮੀਕਲ ਹੈ, ਕਿਉਂਕਿ ਇਹਦਾ ਪਤਾ ਨਹੀਂ ਹੈ ਕਿੱਧਰ ਨੂੰ ਕਿਹਦਾ ਕਿੱਧਰ ਨੂੰ ਇਹਦਾ ਪਾਥਵੇ। ਇਹਦੇ ਬਾਰੇ ਬਹੁਤੀਆਂ ਜਿਹੜੀਆਂ ਚੀਜ਼ਾਂ ਨਾ ਵੀ ਅਜੇ ਹਿਊਮਨ ਹਿਸਾਬ ਨੇ ਬੰਦੇ ਦੇ ਹਿਸਾਬ ਨਾਲ ਇਹ ਅਜੇ ਅਨਕਲੀਅਰ ਨੇ ਵੀ ਕਿੱਦਾਂ ਇਹ ਜੇ ਕੈਂਸਰ ਵੀ ਕੋਜ਼ ਕਰਦੀ ਕਿੱਦਾਂ ਕਰਦੀ ਆ, ਹੈ ਨਾ, ਜਿਨ੍ਹਾਂ ਨੂੰ ਮਿਰਗੀ ਦੇ ਦੌਰੇ ਪੈਂਦੇ ਆ ਉਹਨਾਂ ਦੇ ਵਿੱਚ ਨਹੀਂ ਇਹ ਦੇ ਸਕਦੇ, ਠੀਕ ਹੈ, ਠੀਕ ਹੈ। ਫਿਰ ਇੱਕ ਜਿਹੜੀ ਅੱਗੇ ਗੱਲ ਕਰਨ ਡੇ ਸੀ ਫਿਨਾਈਲ ਕੀਟੋਨ ਯੂਰੀਆ ਕਰਕੇ ਸੀ, ਹੈ ਨਾ, ਉਹ ਹੈਰੀਡੀਟਰੀ ਡਿਜ਼ੀਜ਼ ਆ, ਹੈ ਨਾ, ਉਹਨਾਂ ਵਿੱਚ ਨਹੀਂ ਦੇਣਾ, ਉਹਨਾਂ ਵਿੱਚ ਤਾਂ ਕੌਂਟਰਾ ਇੰਡੀਕੇਟਡ ਹੈ, ਉੱਦਾਂ ਹੀ ਦੱਸਿਆ ਹੁੰਦਾ ਉਹ ਤਾਂ, ਹੈ ਨਾ, ਵੀ ਉਹਨਾਂ ਨੇ ਦੇਣਾ ਹੀ ਨਹੀਂ ਹੈ। ਫਿਰ ਇੱਕ ਹੋਰ ਹੈਗਾ ਸੀ ਇਹਦੇ ਵਿੱਚ ਜਿਨ੍ਹਾਂ ਨੂੰ ਹੈਗਾ ਵਾ ਡਾਇਬਟੀਜ਼ ਵਾਲੇ ਜਿਹੜੇ ਆ ਨਾ, ਉਹ ਲੌਂਗ ਟਰਮ ਇਹ 'ਤੇ ਡਿਪੈਂਡੈਂਸ ਨਾ ਰੱਖਣ। ਆਹੋ, ਡਾਇਟ ਵਾਲੇ ਉਹਨਾਂ ਦੀ ਵੀ ਥੋੜ੍ਹੀ ਜਿਹੀ ਖੁੱਲ੍ਹ ਮਿਲ ਗਈ ਕਿ ਚਲੋ ਜੀ ਦੂਜੀ 'ਚ ਖੰਡ ਹੁੰਦੀ ਆ, ਸਾਡੇ ਲਈ ਸ਼ਾਇਦ ਅਲਟਰਨੇਟਿਵ ਆ ਗਿਆ। ਸੋ ਸ਼ੇਰੋ, ਇਹ ਕੋਈ ਅਲਟਰਨੇਟਿਵ ਨਹੀਂ ਆ, ਠੀਕ ਹੈ। ਸੇਮ ਕੰਪਨੀ ਜੇ ਪਹਿਲੀ ਚੀਜ਼ ਉਹਨਾਂ ਦੀ ਘਟਿਆ ਆ, ਹੈ ਨਾ, ਆਪਾਂ ਦੂਜੀ ਨੂੰ ਚੰਗੀ ਤਾਂ ਮੰਨਣੀ ਹੈ, ਜੇ ਤਾਂ ਮੈਂ ਪਹਿਲਾਂ ਵੀ ਕਿਹਾ ਜੇ ਪਹਿਲੀ ਡਿਸਕੰਟੀਨਿਊ ਕਰ ਦੇਣ, ਮਾਫੀਨਾਮਾ ਦੇਣ ਕਿ ਹਾਂ ਬਈ ਅਸੀਂ ਇੰਨੇ ਸਾਲ ਆ ਵੇਚੀ, ਸਾਨੂੰ ਨਹੀਂ ਸੀ ਪਤਾ, ਪਰ ਹੁਣ ਸਾਇੰਸ ਇੰਪਰੂਵ ਹੋਈ ਆ, ਹੁਣ ਅਸੀਂ ਇਹਦੇ ਉਹਨਾਂ ਨੂੰ ਘੈਂਟ ਪ੍ਰੋਡਕਟ ਕੱਢਾਂਗੇ ਤੁਹਾਡੀ ਸਿਹਤ ਵਾਸਤੇ। ਤੇ ਉਹ ਜਿਹੜਾ ਐਪੀਲੈਪਸੀ ਵਾਲਾ ਜਿਹੜਾ ਮੈਂ ਦੌਰੇ ਦਾ ਦੱਸਿਆ, ਮਿਰਗੀ ਦੇ ਦੌਰੇ, ਉਹਦਾ ਇਹ ਹੈ ਵੀ ਉਹਨਾਂ ਨੇ ਕਿਹਾ ਵੀ ਇਹ ਥ੍ਰੈਸ਼ਹੋਲਡ ਘੱਟ ਕਰ ਦਿੰਦਾ ਵਾ ਵੀ ਬੰਦੇ ਨੂੰ ਵੀ ਜਲਦੀ ਪੈਂਦੇ, ਜ਼ਿਆਦਾ ਪੈਂਦੇ, ਹਾਂ ਜ਼ਿਆਦਾ ਪੈਂਦੇ, ਵੀ ਜਿਹੜਾ ਉਹਨੇ ਘੱਟ ਲੈ ਵੱਧ ਲੈਵਲ ਤੇ ਐਕਸਾਈਟ ਹੋਣਾ ਸੀ, ਹਨਾ, ਟੋਲਰੈਂਸ ਆਪਾਂ ਕਹਿ ਸਕਦੇ ਹਾਂ, ਉਹਦੀ ਘੱਟ ਜਾਂਦੀ ਹੈ, ਹਾਂ ਟੋਲਰੈਂਸ ਉਹਦੀ ਘੱਟ ਜਾਂਦੀ ਕਿ ਉਹਨੂੰ ਜਲਦੀ ਉਹ ਚੀਜ਼ ਪੈ ਸਕਦੀ ਹੈ, ਮਤਲਬ ਕਿ ਜਿੱਦਾਂ ਆਪਾਂ ਕਹਿ ਸਕਦੇ ਜਲਦੀ ਡਸ ਜੂਗਾ, ਜਲਦੀ ਉਹ ਹੋ ਜੂਗਾ, ਐਂਜਾਇਟੀ ਹੋ ਜੂਗੀ ਜਾਂ ਸਮਥਿੰਗ ਸਮਥਿੰਗ। ਸੋ ਸ਼ੇਰੋ, ਦੈਟਸ ਇਟ, ਠੀਕ ਹੈ, ਚੂਹਿਆਂ ਉੱਤੇ ਹੋਈ ਜੇ ਸਟੱਡੀ, ਠੀਕ ਹੈ, ਪੀਣੀ ਆ ਸ਼ੇਰੋ ਆਹ ਪੀ ਲਓ, ਠੀਕ ਹੈ, ਕਾਹਤੋਂ ਹੋਰ ਕੈਮੀਕਲ ਸੱਲ ਜਾਣਾ ਆ, ਅੱਧੀ ਪੀ ਲਓ, ਲਿਮਿਟ ਦੇ ਵਿੱਚ ਕੋਈ ਵੀ ਚੀਜ਼ ਪੀਓਗੇ ਦੈਟ ਇਜ਼ ਗੁੱਡ ਫਾਰ ਯੂ, ਠੀਕ ਆ, ਬਿਕੋਜ਼ ਇੰਜੋਇਮੈਂਟ ਵੀ ਕਰਨੀ ਆ, ਜ਼ਮਾਨੇ ਦੇ ਨਾਲ ਵੀ ਚੱਲਣਾ ਆ, ਅਸੀਂ ਇਹ ਨਹੀਂ ਕਹਿੰਦੇ ਕਿ ਦੁੱਧ ਲੱਸੀ ਹੁਣ ਪੀ ਜਾਓ, ਪਰ ਇੱਕ ਬੰਦਾ ਜਿਹੜਾ ਵਰਲਡ ਲੈਵਲ ਉੱਤੇ, ਤੁਹਾਨੂੰ ਇੰਡੀਆ ਦੇ ਵਿੱਚ ਕਿਸੇ ਨੂੰ ਵੀ ਪੁੱਛੋਗੇ ਨਾ ਤੁਸੀਂ ਕਿ ਕਿਹੜਾ ਫੁੱਟਬਾਲਰ ਪਸੰਦ ਹੈ, ਉਹਨੇ ਕਹਿਣਾ ਰੋਨਾਲਡੋ, ਠੀਕ ਹੈ, ਉਹ ਬੰਦੇ ਨੇ ਐਂ ਚੁੱਕ ਕੇ ਜੇ ਐਂ ਰੱਖ ਕੇ ਤੇ ਅਗਲੇ ਬੰਦੇ ਪਾਣੀ ਰੱਖ ਕੇ ਤੇ ਉਹਨੇ ਕਹਿਤਾ ਡਰਿੰਕ ਵਾਟਰ, ਠੀਕ ਆ, ਤੇ ਸੋਫਟ ਡਰਿੰਕ ਵਾਲਿਆਂ ਦੇ ਸ਼ੇਅਰ ਡਿੱਗ ਪਏ, ਉਹ ਬੰਦਾ ਖੋਤਾ ਨਹੀਂ, ਠੀਕ ਆ। ਸੋ ਸ਼ੇਰੋ, ਜੇ ਤੇ ਹੈਲਦੀ ਲਾਈਫ ਸਟਾਈਲ ਜਿਉਣਾ ਆ ਤੇ ਬਹਾਨੇ ਮਾਰਨੇ ਬੰਦ ਕਰ ਦਿਓ, ਕੰਨ ਇੱਧਰੋਂ ਦੀ ਫੜਨਾ ਬੰਦ ਕਰ ਦਿਓ, ਠੀਕ ਆ, ਕਿ ਆਹ ਨਹੀਂ ਤੇ ਆਹ ਸਹੀ, ਠੀਕ ਆ। ਜੋ ਨੈਚੁਰਲ ਸਰੋਤਾਂ ਨੇ ਉਹ ਸਭ ਤੋਂ ਹੈਲਦੀ ਨੇ,
ਠੀਕ ਆ, ਹਾਂਜੀ ਹੋਰ ਕੁਛ ਕਹਿਣਾ? ਇੱਕੋ ਚੀਜ਼ ਕਿ ਜਿਹੜੀ ਪੈਪਸੀ ਬਾਅਦ 'ਚ ਆਈ ਹੈ, ਅੱਛਾ ਕੋਕੋ ਕੋਲਾ ਪਹਿਲਾਂ ਸੀ ਕੰਪਨੀ, ਹੈ ਨਾ, ਉਸ ਤੋਂ ਬਾਅਦ ਇਹ ਆਈ ਹੈ ਪੈਪਸੀ, ਹੈ ਨਾ। ਕੋਕੋ ਕੋਲਾ 1900 ਕੁਛ ਦੀ ਹੈ ਬਣਨ ਲਈ ਹੈ, ਓਕੇ। ਪਹਿਲਾਂ ਤਾਂ ਕਫ ਸਿਰਪ ਹੁੰਦਾ ਸੀ, ਅੱਛਾ ਠੀਕ ਹੈ, ਇਹਨੂੰ ਖੰਘ ਮਿਟਾਉਣ ਵਾਸਤੇ, ਠੀਕ ਹੈ, ਇਹਨੂੰ ਥੋੜ੍ਹਾ ਜਿਹਾ ਡਾਇਲਿਊਟ ਕਰਕੇ ਇਹਨਾਂ ਨੇ ਐਜ਼ ਏ ਅਤੇ ਕਾਰਬੋਨੇਟ ਕਰ ਦਿੱਤਾ, ਵਿੱਚ ਕਾਰਬੋਨੇਟ ਕਰਤੀ, ਠੀਕ ਹੈ, ਉਹ ਜਿਹੜੀ ਗੈਸ ਜੀ ਨਿਕਲਦੀ ਹੈ ਨਾ, ਉਹ ਕਰ ਦਿੱਤੀ, ਅਤੇ ਉਹ ਉਸ ਤੋਂ ਬਾਅਦ ਇਹਨੂੰ ਇਹਨਾਂ ਨੇ ਸੋਫਟ ਡਰਿੰਕ ਵਰਤਣਾ ਸ਼ੁਰੂ ਕਰ ਦਿੱਤਾ, ਠੀਕ ਹੈ। ਇਹ 1900 ਕੋਈ ਸ਼ਾਇਦ 11-12 ਦੇ ਲਾਗੇ ਸ਼ਾਇਦ ਇੱਦਾਂ ਸ਼ੁਰੂ ਹੋਇਆ ਸੀ, ਇੱਦਾਂ ਹੀ ਵੀ ਫਸਟ ਵਰਲਡ ਵਾਰ ਦੇ ਟਾਈਮ 'ਤੇ ਸੀ, ਹੈ ਨਾ, ਉਦੋਂ ਦੀ ਇਹ ਮਾਰਕੀਟ 'ਚ ਆ, ਠੀਕ ਹੈ। ਉਦੋਂ ਤੋਂ ਹੁਣ ਅਸੀਂ ਡਾਟਾ ਕੰਪੇਅਰ ਕਰੀਏ ਹੁਣ ਦਾ, ਠੀਕ ਹੈ, ਉਦੋਂ ਤੋਂ ਲੈ ਕੇ ਜਿਹੜੇ 60 ਸਾਲ ਸੀ ਉਹ ਅੱਗੇ, 60 ਜਾਂ 70 ਸਾਲ, ਉਹਨਾਂ 'ਚ ਲੋਕਾਂ ਦਾ ਇੰਨਾ ਵੇਟ ਨਹੀਂ ਸੀ ਵਧਿਆ, ਠੀਕ ਹੈ, ਠੀਕ ਹੈ। ਲਾਸਟ 30-40 ਸਾਲਾਂ 'ਚ ਬਹੁਤ ਜ਼ਿਆਦਾ ਵਧਿਆ, ਜਦੋਂ ਕਿ ਉਦੋਂ ਡਾਇਟ ਚੀਜ਼ਾਂ ਆ ਗਈਆਂ, ਆਹ ਚੀਜ਼ਾਂ ਆ ਗਈਆਂ, ਸ਼ੂਗਰ ਫ੍ਰੀ ਆ ਗਈਆਂ। ਆਪਾਂ ਜਿੱਦਾਂ ਹਮੇਸ਼ਾ ਕਹਿੰਦੇ ਹਾਂ ਕਿ ਸਾਇੰਸ ਦੀ ਐਡਵਾਂਸਮੈਂਟ ਦੇ ਨਾਲ ਨਾਲ, ਠੀਕ ਆ, ਹਿਊਮਨ ਦਾ ਲਾਈਫ ਸਪੈਨ, ਹਿਊਮਨ ਦੀ ਹੈਲਥ ਆ ਗ੍ਰਾਫ ਆ, ਥਾਂ ਨਹੀਂ ਜਾਣ ਡੀ, ਲੰਬੀ ਕਰਨ ਡੀ ਆ ਲਾਈਫ, ਪਰ ਹੈਲਦੀ ਨਹੀਂ ਕਰਨ ਡੀ, ਮਤਲਬ ਕਿ ਉਹ ਕਹਿ ਸਕਦੇ ਹਾਂ ਆਪਾਂ ਸਿਸਕ ਸਿਸਕ ਕੇ ਜੀਣ ਡੇ ਆ, ਤਰਸ ਤਰਸ ਤਰਾਸ ਤਰਾਸ ਕਰਕੇ ਜੀਣ ਡੇ ਆ, ਕਿਉਂਕਿ ਹਰ ਬੰਦੇ ਨੂੰ ਕੋਈ ਨਾ ਕੋਈ ਬਿਮਾਰੀ, ਠੀਕ ਆ। ਸੋ ਚਲੋ ਬੈਕ ਔਨ ਟਰੈਕ, ਠੀਕ ਹੈ, ਐਂਡ ਕਰਦੇ ਹਾਂ ਇਸ ਚੀਜ਼ ਨੂੰ ਕਿ ਆਹ ਚੀਜ਼ਾਂ ਜ਼ਿਆਦਾ ਵਧੀਆ ਜੇ ਉਹਦੇ ਨਾਲ, ਠੀਕ ਹੈ, ਅਤੇ ਜੇ ਤੁਸੀਂ ਇਹਨੂੰ ਸਟਿਲ ਆਪਣੀ ਹੈਲਦੀ ਵੇ ਦੇ ਨਾਲ ਵਹਿੰਦੇ ਜੇ ਤਾਂ ਆ ਵੀ ਨਹੀਂ ਵਧੀਆ, ਠੀਕ ਹੈ। ਮੈਂ ਰੋਨਾਲਡੋ ਦਾ ਇੱਕ ਉਹ ਸੁਣਨ ਡਿਆ ਹਾਂ ਇੰਟਰਵਿਊ, ਅਤੇ ਉਹ ਕਹਿੰਦੇ ਤੈਨੂੰ ਕੀ ਲੱਗਦਾ ਤੇਰਾ ਜਿਹੜਾ ਸਨ ਆ ਤੇਰੇ ਵਾਲੇ ਦਾ ਬਣੂਗਾ? ਕਹਿੰਦਾ ਨਹੀਂ, ਕਹਿੰਦੀ ਕਿਉਂ ਨਹੀਂ? ਕਹਿੰਦਾ ਉਹ ਕਦੀ ਕਦੀ ਚੋਕਲੇਟ ਅਤੇ ਟੋਫੀਆਂ ਖਾ ਲੈਂਦਾ ਅਤੇ ਡਰਿੰਕਸ ਪੀ ਲੈਂਦਾ, ਸੋਚ, ਠੀਕ ਆ, ਕਿ ਉਹ ਬੰਦੇ ਇੰਨੇ ਡਿਸਿਪਲਿਨਡ ਰਹਿੰਦੇ ਇੱਡੇ ਤਕੜੇ ਲੈਵਲ ਉੱਤੇ ਜਾ ਕੇ, ਠੀਕ ਆ। ਹੁਣ ਉਹ ਬੰਦੇ ਆ ਉਹਨਾਂ ਕੋਲ ਹਰ ਪ੍ਰਕਾਰ ਦਾ ਡਾਕਟਰ ਹੈਗਾ, ਹਰ ਪ੍ਰਕਾਰ ਦੀ ਸੁਵਿਧਾ ਹੈਗੀ ਆ, ਉਹ ਨਹੀਂ ਇਹਨਾਂ ਚੀਜ਼ਾਂ ਨੂੰ ਹੱਥ ਲਾਉਂਦੇ, ਉਹ ਆਉਂਦੇ ਨਹੀਂ ਵੀ ਸਾਡੇ ਸਰੀਰ ਦੇ ਅੰਦਰ ਜਾ ਕੇ ਡੈਮੇਜ ਕਰੂਗੀ, ਜਿਹਨਾਂ ਦੇ ਨਾਲ ਪਲ ਪਲ ਡਾਕਟਰ ਤੁਰੇ ਫਿਰਦੇ ਆ, ਅਤੇ ਆਪਣੇ ਜਿਹੜੇ ਆ ਉਹ ਡਾਇਟ ਉੱਤੇ ਹੁੰਦੇ ਆ, ਪੀਜ਼ਾ ਲੈਣਗੇ ਨਾਲ ਬਰਗਰ ਲੈਣਗੇ ਨਾਲ ਫਰਾਈਆਂ ਲੈਣਗੇ, ਜੋ ਕਹਿੰਦੇ ਨੇ ਡਰਿੰਕ ਕਿਹੜੀ ਲੈਣੀ, ਅ ਲਾਰਜ ਡਾਇਟ ਕੋਕ ਪਲੀਜ਼, ਸਹੀ ਗੱਲ ਹੈ, ਰਾਈਟ ਆ, ਇੱਦਾਂ ਹੀ ਹੁੰਦਾ, ਇਹੀ ਚੀਜ਼ ਚੱਲਣ ਡਈ ਆ। ਸੋ ਸ਼ੇਰੋ ਇਟਸ ਨੋਟ ਹੈਲਦੀ, ਕਿਸੇ ਵੀ ਪ੍ਰਕਾਰ ਦੀ ਕੋਈ ਵੀ ਸੋਫਟ ਡਰਿੰਕ ਹੈ ਤੁਹਾਡੇ ਵਾਸਤੇ ਹੈਲਦੀ ਨਹੀਂ ਹੈ, ਜੋ ਨੈਚੁਰਲ ਸਰੋਤਾਂ ਤੋਂ ਪਾਣੀ ਪੀ ਲਿਆ ਕਰੋ, ਠੀਕ ਆ, ਕਦੀ ਕਦਾਈ ਇਹ ਪੀਣੀ ਆ ਪੀ ਲਓ, ਠੀਕ ਆ। ਸੋ ਦੈਟਸ ਇਟ, ਅੱਜ ਦਾ ਟੋਪਿਕ ਇਹੋ ਹੀ ਆ, ਖੰਡ ਨਾਲੋਂ ਵਧੀਆ ਆਪਸ਼ਨ ਤੁਹਾਡੇ ਕੋਲ ਬਰਾਊਨ ਸ਼ੂਗਰ ਦੀ ਆ, ਬਰਾਊਨ ਸ਼ੂਗਰ ਵੀ ਨਹੀਂ ਵਰਤਣੀ ਜਿਹੜੀ ਚ ਬੜੀ ਜਲਦੀ ਤਰੀਕੇ ਦੇ ਨਾਲ ਤੁਹਾਡੇ ਲਾਗੇ ਚਾਗੇ ਪਿੰਡਾਂ ਦੇ ਵਿੱਚ ਉਹ ਗੁੜ ਮਿਲ ਜਾਣਾ ਤੁਹਾਨੂੰ, ਉਹ ਵਰਤ ਲਿਆ ਕਰੋ, ਠੀਕ ਹੈ, ਜੇ ਸ਼ੂਗਰ ਹੀ ਕੰਜ਼ਿਊਮ ਕਰਨੀ ਆ, ਕਿਉਂਕਿ ਐਸੀ ਸ਼ੂਗਰ ਦਾ ਕੋਈ ਫਾਇਦਾ ਹੀ ਨਹੀਂ, ਜੇ ਨਹੀਂ ਫਿਰ ਇੱਕ ਦੀ ਜਗ੍ਹਾ 'ਤੇ 2 ਕਹਿਣ, 2 ਦੀ ਜਗ੍ਹਾ 'ਤੇ 3 ਕਹਿਣ, ਅਤੇ ਫਿਰ ਸਾਨੂੰ ਲੱਤ ਹੀ ਲੱਗ ਜੇ, ਠੀਕ ਹੈ ਨਾ। ਸੋ ਮੈਂ ਫਿਰ ਉਹੀ ਗੱਲ ਰਿਪੀਟ ਕਰੂੰਗਾ ਕਿ ਜੇ ਇਹਨਾਂ ਨੂੰ ਪਤਾ ਆ ਆਹ ਮਾੜੀ ਆ, ਇਹਨੂੰ ਡਿਸਕੰਟੀਨਿਊ ਕਰਕੇ ਉਹ ਵੀ ਕੱਢ ਦੇ, ਅਸੀਂ ਵੀ ਮੰਨ ਲੈਂਦੇ, ਠੀਕ ਹੈ, ਇਟਸ ਜਸਟ ਅ ਮਾਰਕੀਟਿੰਗ ਸਟ੍ਰੈਟਜੀ, ਬਿਕੋਜ਼ ਲੋਕਾਂ ਨੇ ਪੀਣੀਆਂ ਛੱਡਤੀਆਂ ਸਨ, ਉਹਨਾਂ ਨੇ ਕਿਹਾ ਕਿ ਇਹ ਤਾਂ ਜ਼ਿਆਦਾ ਫਿਟਨੈਸ ਵੱਲ ਨੂੰ ਜਾਣ ਲੱਗ ਪਏ, ਇਹ ਤਾਂ ਜ਼ਿਆਦਾ ਹੈਲਥ ਵੱਲ ਨੂੰ ਜਾਣ ਲੱਗ ਪਏ, ਹੁਣ ਇਹਨਾਂ ਨੂੰ ਕਿਵੇਂ ਘੁੰਮਣ ਕੇ ਇਹਦੀ 'ਚ ਪਾ ਕੇ ਲਿਆਈਏ ਆਪਣੇ ਵੱਲ ਨੂੰ, ਉਹਨਾਂ ਨੇ ਉਤਲੇ ਬੰਨੇ ਇੱਕ ਚੀਜ਼ ਲਿਖਤੀ, ਡਾਇਟ ਕੋਕ, ਠੀਕ ਹੈ। ਲੋਕ ਅੰਨੇ ਹੋ ਕੇ ਪੈ ਗਏ ਕਿ ਆਹ ਤਾਂ ਸਾਡੇ ਲਈ ਬਣਾ ਦਿੱਤੀ, ਆਹ ਤਾਂ ਚਮਤਕਾਰ ਕਰਤਾ, ਇੱਦਾਂ ਦਾ ਸ਼ੇਰੋ ਕੁਛ ਨਹੀਂ ਜੇ, ਆਪਣੀ ਰੈਗੂਲਰ ਡਾਇਟ ਦੇ ਨਾਲ ਰਹੋ, ਠੀਕ ਆ, ਨਾਲ ਐਕਸਰਸਾਈਜ਼ ਕਰੋ, ਸਪਲੀਮੈਂਟਾਂ ਤੋਂ ਦੂਰ ਹੋਵੋ, ਇਹ ਵੀ ਇੱਕ ਫਾਰਮ ਆਫ ਸਪਲੀਮੈਂਟ ਹੀ ਆ, ਠੀਕ ਹੈ, ਸਾਡੇ ਦਿਮਾਗ ਨੂੰ ਸੈਟਿਸਫੈਕਸ਼ਨ ਦੇਣ ਵਾਸਤੇ। ਸੋ ਕਿਸੇ ਵੀ ਪ੍ਰਕਾਰ ਦਾ ਸਪਲੀਮੈਂਟ ਹੈ ਉਹਨਾਂ ਨੂੰ ਸ਼ੇਰੋ ਦੂਰ ਕਰ ਦਿਉ, ਠੀਕ ਆ, ਐਂਡ ਆਪਣੀ ਜ਼ਿੰਦਗੀ ਵਧੀਆ ਤਰੀਕੇ ਦੇ ਨਾਲ ਹੰਢਾਉਣੀ ਸ਼ੁਰੂ ਕਰ ਦਿਉ, ਉਮਰਾਂ ਵੀ ਤੁਹਾਡੀਆਂ ਲੰਬੀਆਂ ਹੋਣਗੀਆਂ, ਸਿਹਤਮੰਦ ਵੀ ਤੁਸੀਂ ਵੱਧ ਤੋਂ ਵੱਧ ਰਹੋਗੇ, ਠੀਕ ਹੈ। ਦੈਟਸ ਇਟ, ਟਾਟਾ, ਓਕੇ, ਬਾਏ ਬਾਏ। ਅਤੇ ਮੇਰੀ ਗੱਲ ਸੁਣੋ, ਜੇ ਸਿਹਤ ਠੀਕ ਜੇ ਨਾ, ਅਤੇ ਆਪਣਾ ਹੱਥ ਆਵਲਾ ਐ ਹਿਲਾ ਕੇ ਦੇਖੋ, ਜੇ ਇਹ ਹਿੱਲਦਾ ਹੈ ਨਾ, ਤਾਂ ਇਹਦੀ ਇੱਕ ਉਂਗਲ ਦੇ ਨਾਲ ਸਬਸਕ੍ਰਾਈਬ ਕਰਦੇ ਜਾਇਓ, ਲਾਈਕ ਕਰਦੇ ਹੋ, ਅਤੇ ਵੀਡੀਓ ਇੱਕ ਅੱਧੇ ਜਾਣੇ ਨਾਲ ਸ਼ੇਅਰ ਵੀ ਕਰਦੇ ਹੋ, ਜਿਹੜਾ ਦੋਸਤ ਡਾਇਟ ਕੋਕ ਪੀਂਦਾ ਆ। ਥੈਂਕ ਯੂ ਜੀ।